दुनिया दे हर कोने च बैठे सारे ही सत्कारयोग पंजाबियां दा एक बार फिर तो मैं रेडियो चन्न परदेसी दे वेड़े दे विच तुहाडा अपना दोस्त ते होस्ट गुरजीत सिंह सारयां नूं जी आया आखदा प्यार भरी सत श्री अकाल आदाब ते नमस्कार आखदा ते हाजरा जी तुहाडा अपना प्रोग्राम लैके शो गुरजीत दा। ਇਹ ਤਾਂ ਸੀ ਜੀ ਅੱਜ ਦੇ ਪਿਛੋਕੜ ਇਤਿਹਾਸ ਦੇ ਉੱਤੇ ਗੱਲਬਾਤ ਤੇ ਹੁਣ ਕਰਦੇ ਹਾਂ ਆਪਣੇ ਅੱਜ ਦੇ ਪ੍ਰੋਗਰਾਮ ਜਾਨੀ ਕਿ ਅੱਜ ਜਿਹੜਾ ਵਿਸ਼ਾ ਜੀ ਸਾਡਾ ਕੋਰੋਨਾ ਦੇ ਉੱਤੇ ਆ ਕਿਤੇ ਨਾ ਕਿਤੇ ਇਹ ਮਹਾਮਾਰੀ ਹਰ ਪਾਸੇ ਸਾਨੂੰ ਤੇ ਸਾਡੇ ਖਾਸ ਕਰਕੇ ਪੰਜਾਬ ਜਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣਾ ਪੂਰਾ ਕਹਿਰ ਇਸ ਵਕਤ ਲਾ ਰਹੀ ਹੈ ਤੇ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਜਾਂ ਫਿਰ ਪੰਜਾਬ ਦੇ ਕੀ ਹਾਲਾਤ ਨੇ ਇਹਦੇ ਉੱਤੇ ਸਾਰੀ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਸਾਡੇ ਨਾਲ ਜੁੜਨਗੇ ਨਰਿੰਦਰ ਕੁਮਾਰ ਬੱਸੀ ਜੀ ਤੇ ਨਰਿੰਦਰ ਕੁਮਾਰ ਬੱਸੀ ਜੀ ਦੇ ਨਾਲ ਜੇਕਰ ਤੁਸੀਂ ਵੀ ਕੋਵਿਡ ਸਬੰਧੀ ਜਾਂ ਪੰਜਾਬ ਦੇ ਹਾਲਾਤਾਂ ਸਬੰਧੀ ਤੇ ਜਾਂ ਫਿਰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਉਸ ਸਬੰਧੀ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਤਾਂ ਕਾਲ ਕਰ ਸਕਦੇ ਹੋ ਜੀ ਯੂਨਾਈਟਿਡ ਸਟੇਟ ਤੋਂ 815-676-0004 ਕੈਲੀਫੋਰਨੀਆ 559-512-1128 ਵੈਨਕੂਵਰ 778-819-6383 ਆਸਟ੍ਰੇਲੀਆ 039-013-4419 ਹਾਂਗਕਾਂਗ 817-001-36 ਯੂਨਾਈਟਿਡ ਕਿੰਗਡਮ 3287-2145 ਯੂਕੇ 330-998-1109 ਤੇ ਭਾਰਤ ਦਾ ਨੰਬਰ ਹੈ ਜੀ 9888-890-9139 ਇਹਨਾਂ ਨੰਬਰਾਂ ਦੇ ਰਾਹੀਂ ਤੁਸੀਂ ਅੱਜ ਕੋਵਿਡ ਮਹਾਮਾਰੀ ਦੇ ਸੁਝਾਅ ਸੰਬੰਧੀ ਪੰਜਾਬ ਜਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਕਿਉਂਕਿ ਕਿਤੇ ਨਾ ਕਿਤੇ ਅਸੀਂ ਕਿਸੇ ਵੀ ਦੇਸ਼ ਜਾਂ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਤਾਂ ਸਾਡਾ ਸਭ ਤੋਂ ਪਹਿਲਾਂ ਆਪਣੇ ਖੇਤਰ ਜਾਨੀ ਕਿ ਆਪਣੇ ਪਿੰਡ ਦੇ ਉੱਤੇ ਧਿਆਨ ਹੁੰਦਾ ਤੇ ਅਕਸਰ ਅੱਜ ਸਾਡੇ ਜਦੋਂ ਵੀ ਆਪਾਂ ਦੇਖਦੇ ਹਾਂ ਕਿਤੇ ਨਾ ਕਿਤੇ ਪੰਜਾਬ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਹੋਏ ਪਏ ਨੇ ਤਾਂ ਹਰ ਪਾਸੇ ਹਰ ਇੱਕ ਪਿੰਡ ਵਾਸੀ ਤੇ ਜਾਂ ਹਰ ਇੱਕ ਇਨਸਾਨ ਕਿਤੇ ਨਾ ਕਿਤੇ ਇਸ ਮਹਾਮਾਰੀ ਦੇ ਨਾਲ ਲੜਨ ਵਾਸਤੇ ਏਕੇ ਦੇ ਨਾਲ ਇੱਕ ਦੂਸਰੇ ਨਾਲ ਜੁੜ ਕੇ ਮੋਢੇ ਦੇ ਨਾਲ ਮੋਢਾ ਜੋੜ ਕੇ ਕਿਤੇ ਨਾ ਕਿਤੇ ਆਪਣੇ ਪਿੰਡਾਂ ਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜਦੋਂ ਤੱਕ ਮੈਂ ਨਰਿੰਦਰ ਕੁਮਾਰ ਬੱਸੀ ਜੀ ਨੂੰ ਤੁਹਾਡੇ ਰੂਬਰੂ ਕਰਦਾ ਜੀ ਤੇ ਉਸ ਸਮੇਂ ਤੱਕ ਸੁਣੋ ਤੁਸੀਂ ਇੱਕ ਗੀਤ ਫਿਰ ਕਰਦੇ ਆ ਗੱਲਬਾਤ ਅੱਜ ਦੀ। ਬਿਲਕੁਲ ਜੀ ਇਹ ਜਿਹੜੀ ਸਾਇਰਨ ਦੀ ਆਵਾਜ਼ ਹੈ ਅੱਜ ਮੈਨੂੰ ਲੱਗਦਾ ਹਰ ਇੱਕ ਗਲੀ ਹਰ ਇੱਕ ਮੁਹੱਲੇ ਦੇ ਵਿੱਚ ਅਕਸਰ ਸਾਨੂੰ ਸਵੇਰ ਤੋਂ ਸ਼ਾਮ ਸ਼ਾਮ ਤੋਂ ਸਵੇਰ ਰਾਤ ਤੱਕ ਹਰ ਸਮੇਂ ਸਾਨੂੰ ਇਹ ਸਾਇਰਨ ਦੀਆਂ ਆਵਾਜ਼ਾਂ ਸੁਣਨ ਦੀਆਂ ਮਿਲਦੀਆਂ ਨੇ ਕਿਉਂਕਿ ਹਰ ਗਲੀ ਮੁਹੱਲੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਹਰ ਪਾਸੇ ਐਂਬੂਲੈਂਸ ਦੀ ਇਹ ਸਾਇਰਨ ਦੀ ਆਵਾਜ਼ ਸਾਨੂੰ ਕਿਤੇ ਨਾ ਕਿਤੇ ਸੁਣਨ ਨੂੰ ਮਿਲਦੀ ਹੈ ਕਿਉਂਕਿ ਅੱਜ ਜਿਹੜੇ ਹਾਲਾਤ ਨੇ ਉਹ ਬਹੁਤ ਹੀ ਜ਼ਿਆਦਾ ਨਾਜ਼ੁਕ ਹੁੰਦੇ ਜਾਂਦੇ ਨੇ ਕਿਤੇ ਨਾ ਕਿਤੇ ਹਰ ਵਕਤ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਰੇਡੀਓ ਚੰਨ ਪਰਦੇਸੀ ਦੇ ਮਾਧਿਅਮ ਰਾਹੀਂ ਹਰ ਇੱਕ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਜੇਕਰ ਜਿੰਨਾ ਵੀ ਜ਼ਰੂਰੀ ਹੋ ਸਕੇ ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਅਸੀਂ ਪੂਰੇ ਪ੍ਰਕੋਸ਼ਨ ਦੇ ਨਾਲ ਆਪਣੇ ਘਰੋਂ ਬਾਹਰ ਨਿਕਲੀਏ ਕਿਉਂਕਿ ਕਿਤੇ ਨਾ ਕਿਤੇ ਅੱਜ ਹਰ ਪਾਸੇ ਕੋਰੋਨਾ ਦਾ ਕਹਿਰ ਚੱਲ ਰਿਹਾ ਤੇ ਨਾਲ ਨਾਲ ਜਿਹੜਾ ਇਹ ਅੱਜ ਪਿੰਡਾਂ ਦੇ ਵਿੱਚ ਵੀ ਹੈ ਤੇ ਉਸ ਦੇ ਉੱਤੇ ਆਪਾਂ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਨਰਿੰਦਰ ਕੁਮਾਰ ਬੱਸੀ ਜੀ ਤੇ ਤੁਸੀਂ ਵੀ ਜੇਕਰ ਆਪਣੇ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਰੇਡੀਓ ਚੰਨ ਪਰਦੇਸੀ ਦੇ ਮਾਧਿਅਮ ਰਾਹੀਂ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ 9888-90-139 ਦੇ ਉੱਤੇ ਵਟਸਐਪ ਮੈਸੇਜ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਰਕੇ ਆਪਣਾ ਸੁਨੇਹਾ ਭੇਜ ਸਕਦੇ ਹੋ ਤੇ ਹੁਣ ਜੀ ਸਾਡੇ ਨਾਲ ਜੁੜ ਚੁੱਕੇ ਨੇ ਨਰਿੰਦਰ ਕੁਮਾਰ ਬੱਸੀ ਜੀ। ਨਰਿੰਦਰ ਜੀ ਤੁਹਾਡਾ ਰੇਡੀਓ ਚੰਨ ਪਰਦੇਸੀ ਦੇ ਵਿੱਚ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਗੁਰਜੀਤ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਸਰ,
ਅੱਛਾ ਸਰ, ਕਹਿੰਦੇ ਨੇ ਜਦੋਂ ਆਪਾਂ ਦੇਖੋ, ਹਰ ਮੈਂ ਸ਼ੁਰੂਆਤ ਚ ਗੱਲ ਕਰੀ ਸੀ ਵੀ ਹਰ ਪਾਸੇ ਆਪਾਂ ਨੂੰ ਸਵੇਰ ਤੋਂ ਸ਼ਾਮ ਐਂਬੂਲੈਂਸ ਦੀ ਸਾਇਰਨ ਸੁਣਨ ਨੂੰ ਮਿਲਦੇ ਨੇ, ਤੇ ਆਪਾਂ ਨੂੰ ਮੈਨੂੰ ਲੱਗਦਾ ਤਕਰੀਬਨ 3 ਕੁ ਹਫ਼ਤਿਆਂ ਤੋਂ ਆਪਾਂ ਇਹ ਸੁਨੇਹਾ ਦਿੱਤਾ ਸੀ ਪਹਿਲਾਂ ਵੀ ਵੈਕਸੀਨੇਸ਼ਨ ਜਿਹੜੀ ਸਰਕਾਰ ਨੇ 1 ਮਈ ਤੋਂ ਲਗਾਉਣੀ ਸ਼ੁਰੂ ਕਰ ਦੇਣੀ ਆ, ਤੇ ਅੱਜ ਜੇਕਰ ਆਪਾਂ ਗੱਲ ਕਰੀਏ ਸਰ ਵੈਕਸੀਨੇਸ਼ਨ ਦੀ ਸਭ ਤੋਂ ਪਹਿਲੀ, ਤਾਂ ਅੱਜ ਉਸ ਦੇ ਕੀ ਹਾਲਾਤ ਨੇ ਜੀ? ਵੈਕਸੀਨ ਜਿਹੜੀ ਹੈਗੀ ਉਹਦੀ ਸ਼ੋਰਟੇਜ ਹੈ ਇਸ ਵੇਲੇ, ਇਸ ਕਰਕੇ ਜਿਹੜੇ ਬਠਿੰਡਾ ਚ ਕੈਂਪ ਚੱਲਦੇ ਸੀ ਐਨ ਜੀ ਓ ਦੇ ਦੁਆਰਾ, ਹਾਂਜੀ, ਉਹਨਾਂ ਨੂੰ ਵੀ ਥੋੜਾ ਰੋਕਿਆ ਗਿਆ ਵੀ ਵੈਕਸੀਨ ਆਉਣ ਤੇ ਦੁਆਰਾ ਫਿਰ ਐਨ ਜੀ ਓ ਦੇ ਜਿਹੜੇ ਕੈਂਪਸ ਨੇ ਟੀਕਾਕਰਨ ਦੇ ਉਹ ਸ਼ੁਰੂ ਕੀਤੇ ਜਾਣਗੇ। ਏਡਾ ਵੱਡਾ ਪ੍ਰੋਜੈਕਟ ਹੈ, ਸਰਕਾਰ ਔਰ ਐਨ ਜੀ ਓ ਇਹਦੇ ਵਿਚ ਇਕਜੁੱਟ ਨੇ, ਠੀਕ ਹੈ ਜੀ, ਤਾਂ ਕਿ ਟੀਕਾਕਰਨ ਜਿਹੜਾ ਵੱਧ ਤੋਂ ਵੱਧ ਹੋ ਸਕੇ। ਮਗਰ ਹਾਲਾਤ ਵਿਗੜਦੇ ਜਾ ਰਹੇ ਹੈ, ਇਹ ਦੇਖਣ ਚ ਸਾਹਮਣੇ ਆ ਰਿਹਾ। ਮੈਂ ਤੁਹਾਨੂੰ ਥੋੜਾ ਜਿਹਾ ਬਠਿੰਡੇ ਦਾ ਇੱਕ ਡਾਟਾ ਸ਼ੇਅਰ ਕਰਦਾ ਕੁਛ 5 ਕੁ ਦਿਨਾਂ ਦਾ। ਅੱਛਾ ਜੀ। 15-5 ਨੂੰ ਬਠਿੰਡੇ ਦੇ ਵਿਚ 24 ਮ੍ਰਿਤਯੂ ਹੋਈ ਕੋਰੋਨਾ ਨਾਲ, 16 ਮਈ ਨੂੰ 22, 17-5 ਨੂੰ 19, 18-5 ਨੂੰ 34 ਤੇ 19-5 ਨੂੰ 23। ਮੈਂ 18 ਤਰੀਕ ਤੇ ਥੋੜਾ ਕੇਂਦਰਿਤ ਕਰਨਾ ਚਾਹੁੰਦਾ। ਹਾਂਜੀ, ਇਹ ਹਾਈਐਸਟ ਫਿਗਰ ਸੀ ਡੈਥ ਦੀ ਸਾਰੇ ਪੰਜਾਬ ਚ, 34% ਜਿਹੜੇ ਐਕਸਪਾਇਰ ਹੋਏ ਆ ਡਿਊ ਟੂ ਕੋਰੋਨਾ। ਤੇ ਸਰ ਜੇਕਰ ਆਪਾਂ ਗੱਲ ਕਰੀਏ ਤਾਂ ਕੋਵਿਡ ਦੀ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਉਹ ਥੰਮਦਾ ਜਾ ਰਿਹਾ ਜਾਂ ਰੁਕਦਾ ਜਾ ਰਿਹਾ ਜਾਂ ਘਟਦਾ ਜਾ ਰਿਹਾ, ਪਰ ਜਿਹੜੀ ਡੈਥ ਰੇਸ਼ੋ ਹੈ ਇਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਇਹਦਾ ਕੀ ਕਾਰਨ ਹੈ ਜੀ? ਇਹ ਤੁਸੀਂ ਸਾਰਾ ਗ੍ਰਾਫ ਦੇਖੋਗੇ ਨਾ ਸਾਰੇ ਵਰਲਡ ਦਾ, ਤਾਂ ਹਿੰਦੁਸਤਾਨ ਚ ਜਿਹੜਾ ਡੈਥ ਰੇਟ ਹੈ ਅੱਜ ਸਾਰੀ ਦੁਨੀਆਂ ਚ ਸਭ ਤੋਂ ਉੱਤੇ ਹੈ, ਠੀਕ ਹੈ ਜੀ। ਔਰ ਤੁਸੀਂ ਇਹ ਦੇਖੋ ਜੀ, 10 ਬੰਦੇ ਕੋਰੋਨਾ ਪੋਜ਼ਿਟਿਵ ਹੋ ਰਹੇ ਹੈ ਤਾਂ ਉਹਦੇ ਚ 4 ਹਿੰਦੁਸਤਾਨੀ ਨੇ। ਸਾਰੀ ਦੁਨੀਆਂ ਚ ਅਗਰ ਆਪਾਂ 10 ਦੀ ਫਿਗਰ ਲੈ ਲਈਏ, ਫਾਰ ਐਗਜ਼ਾਮਪਲ, 10 ਦੇ ਪਿੱਛੇ 4 ਬੰਦੇ ਹਿੰਦੁਸਤਾਨੀ ਨੇ, ਠੀਕ ਹੈ। ਮਗਰ ਸਰਕਾਰ ਨੇ ਹੁਣੇ ਅੱਜ ਹੀ ਇੱਕ ਨਵਾਂ ਐਲਾਨ ਜਿਹੜਾ ਕੀਤਾ ਹੈ ਵੀ ਵੈਕਸੀਨੇਸ਼ਨ ਤੋਂ ਪਹਿਲਾਂ ਕੋਈ ਰੈਪਿਡ ਟੈਸਟ ਨਹੀਂ ਹੋਏਗਾ। ਅੱਛਾ, ਮੂਵਮੈਂਟ ਨੂੰ ਤੇਜ਼ ਕਰਨ ਦੀਆਂ ਗੱਲਾਂ ਚੱਲ ਰਹੀਆਂ ਤਾਂ ਕਿ ਵੱਧ ਤੋਂ ਵੱਧ ਅਸੀਂ ਜਿਹੜਾ ਇਹ ਟੀਕਾਕਰਨ ਕਰ ਸਕੀਏ। ਹਾਂਜੀ, ਅਸੀਂ ਕਹਿੰਦੇ ਵੀ ਇਨਸਾਨ ਦੀ ਇਮਿਊਨਿਟੀ ਬੜੀ ਮਜ਼ਬੂਤ ਹੋਵੇ, ਠੀਕ ਹੈ ਜੀ। ਮਗਰ ਇਹਦੇ ਨਾਲ ਨਾਲ ਮੈਂ ਪਿਛਲੀਆਂ ਦੋ ਜਿਹੜੀਆਂ ਵਾਰਤਾਵਾਂ ਹੋਈਆਂ, ਮੈਂ ਉਹਦੇ ਚ ਇਮਿਊਨਿਟੀ ਐਂਡ ਹਿਊਮੈਨਿਟੀ, ਹਾਂਜੀ, ਇਹਦੇ ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਵੀ ਮਾਨਵਤਾ ਵੀ ਹੋਣੀ ਚਾਹੀਦੀ ਹੈ। ਮਾਨਵਤਾ ਦਾ ਤੁਸੀਂ ਇਹ ਹਾਲ ਦੇਖ ਲਓ, ਕਈ ਪਰਿਵਾਰ ਤਾਂ ਸੰਸਕਾਰ ਕਰਨ ਹੀ ਨਹੀਂ ਜਾਂਦੇ, ਬਹੁਤ ਔਖਾ ਜੀ, ਤੇ ਉਹਨਾਂ ਦੇ ਫੁੱਲ ਹੀ ਨਹੀਂ ਚੁਗਣ ਜਾਂਦੇ, ਲੈਣ ਹੀ ਨਹੀਂ ਜਾਂਦੇ। ਹਾਂਜੀ, ਤਾਂ ਫਿਰ ਸੰਸਥਾਵਾਂ ਜਿਹੜੀਆਂ ਇਸ ਸੇਵਾ ਚ ਲੱਗੀਆਂ ਸਾਰੇ ਦੇਸ਼ ਦੇ ਅੰਦਰ, ਹਾਂਜੀ, ਉਹੀ ਉਹ ਸਾਰੀ ਸਾਂਭ ਸੰਭਾਲ ਕਰਦੇ ਆ। ਤਾਂ ਇਨਸਾਨ ਦੇ ਵਿਚ ਮਾਨਵਤਾ ਦਾ ਪੱਖ ਜਿਹੜਾ ਬੜਾ ਥੱਲੇ ਚਲਾ ਗਿਆ, ਸੰਵੇਦਨਹੀਨਤਾ ਹੋ ਗਈ ਹੈ। ਜਿਹੜਾ ਇੱਕ ਸਨਮਾਨ ਮਿਲਣਾ ਹੁੰਦਾ ਮ੍ਰਿਤਯੂ ਤੋਂ ਬਾਅਦ, ਅਸੀਂ ਕਹਿੰਦੇ ਹਾਂ ਸਨਮਾਨ ਨਾਲ ਅਸੀਂ ਲੈ ਕੇ ਜਾਈਏ, ਸੰਸਕਾਰ ਕਰੀਏ, ਹਾਂਜੀ, ਉਹ ਅੱਜ ਬਹੁਤ ਪਿੱਛੇ ਚਲਾ ਗਿਆ। ਇੱਥੇ ਥੋੜਾ ਜਿਹਾ ਤਕਲੀਫ ਹੁੰਦੀ ਹੈ ਮਨ ਨੂੰ, ਦਿਲ ਨੂੰ, ਸੋਚਦੇ ਹਾਂ ਵੀ ਵਾਕਈ ਗਹਿਰਾ ਕਲਯੁੱਗ ਹੈ। ਬਿਲਕੁਲ ਸਰ, ਤੁਸੀਂ ਕੱਲ, ਹਾਂਜੀ, ਮੈਂ ਇਹਦੇ ਨਾਲ ਹੀ ਆਪਾਂ ਜਿਹੜੀ ਮਾਨਵਤਾ ਦੀ ਗੱਲ ਕਰ ਰਹੇ ਹਾਂ ਨਾ, ਉਹਦੇ ਨਾਲ ਹੀ ਅੱਗੇ ਹੋਰ ਜੋੜਨਾ ਚਾਹੁੰਦਾ। ਬਿਲਕੁਲ ਜੀ, ਰੈਮਡੇਸਿਵਿਰ ਦੇ ਟੀਕਾ ਜਿਹਦੀ ਉਪਲਬਧਤਾ ਜਿਹੜਾ ਘੱਟ ਸੀ, ਹਾਂਜੀ, ਇਹ ਬਲੈਕ ਦੇ ਵਿਚ ਬਹੁਤ ਮਿਲਿਆ। ਓਹੋ, ਪਰ ਕਈ ਥਾਵਾਂ ਦੇ ਉੱਤੇ ਤਾਂ ਰੈਮਡੇਸਿਵਿਰ ਦੀ ਸ਼ੀਸ਼ੀ ਤੇ ਪਾਣੀ ਦਾ ਹੀ ਟੀਕਾ ਸੀ, ਉਹਦੇ ਵਿਚ ਪਾਣੀ ਹੀ ਲਾ ਤਾ ਮਰੀਜ਼ ਨੂੰ। ਦੇਖੋ ਵੀ ਅਸੀਂ ਜੀਵਨ ਦੇ ਨਾਲ ਖੇਡ ਖੇਡ ਕੇ ਇੱਕ ਇੱਕ ਪਲ ਕਿੰਨਾ ਔਖਾ ਹੈ ਕੋਰੋਨਾ ਪੇਸ਼ੈਂਟ ਦਾ। ਹਾਂਜੀ, ਨੰਬਰ 2, ਅੱਜ ਵੀ ਸਾਡੇ ਦੇਸ਼ ਦੀ ਖਬਰ ਹੈ ਵੀ ਆਕਸੀਜਨ ਦੇ ਸਿਲੰਡਰ ਦਾ ਸੌਦਾ ਹੋ ਰਿਹਾ ਸੀਗਾ, ਤਾਂ ਕਿਸੇ ਨੇ SDM ਨੂੰ ਕੰਪਲੇਂਟ ਕੀਤੀ, ਮੈਂ ਪ੍ਰਦੇਸ਼ ਦਾ ਨਾਮ ਨਹੀਂ ਲਵਾਂਗਾ, ਠੀਕ ਹੈ ਜੀ, ਸਾਡੀ ਇੱਕ ਸਟੇਟ ਦੇ ਅੰਦਰ ਦੇਸ਼ ਦੇ, ਤਾਂ SDM ਨੇ ਇੱਕ ਟੀਮ ਫੋਰਮ ਕੀਤੀ ਤੇ ਉਹਨਾਂ ਨੇ ਡੀਲ ਕੀਤੀ ਵੀ ਸਿਲੰਡਰ ਚਾਹੀਦਾ। ਅੱਛਾ ਜੀ, ਤੇ ਕੀਮਤ ਸੁਣ ਕੇ ਹੈਰਾਨ ਰਹਿ ਜਾਓਗੇ, 50,000 ਰੁਪਈਆ ਇੱਕ ਸਿਲੰਡਰ ਦੀ ਕੀਮਤ, ਸੋਚ ਲਓ। ਤੇ ਦੂਜੇ ਪਾਸੇ ਜਿਹੜਾ ਮਾਨਵਤਾ ਦਾ ਪੱਖ ਦੇਖਣ ਨੂੰ ਮਿਲਦਾ, ਲੋਕ ਜਿਹੜੇ ਮਦਦਗਾਰ ਨੇ ਉਹਨਾਂ ਦਾ ਸਿਰਾ ਹੀ ਕੋਈ ਨੀ, ਉਹਨਾਂ ਦਾ ਵੀ ਕੋਈ ਸਿਰਾ ਨੀ। ਜੇ ਅਸੀਂ ਬੇਈਮਾਨਾਂ ਨੂੰ ਦੇਖ ਰਹੇ ਹਾਂ, ਬੇਈਮਾਨਾਂ ਦਾ ਕੋਈ ਸਿਰਾ ਨੀ, ਬੇਈਮਾਨੀ ਵਾਲੇ ਦਾ, ਤੇ ਜਿਹੜੇ ਮਦਦਗਾਰ ਨੇ ਉਹਨਾਂ ਦਾ ਵੀ ਕੋਈ ਸਿਰਾ ਨੀ। ਬਠਿੰਡੇ ਤੁਸੀਂ ਦੇਖੋ ਆਕਸੀਜਨ ਦੇ ਸਿਲੰਡਰ ਦਾ ਲੰਗਰ ਆਪਣੇ ਤਲਵੰਡੀ ਸਾਬੋ ਖੁੱਲ੍ਹੇ ਆ,
खाली सिलेंडर लिया भरिया लै जाओ, भरवाई का भी कोई पैसा नहीं, मुफ्त देंगे। टीचा की है, इसी बंदे की जान बचानी है, बहुत कीमती है, ये नहीं मिलती सारी दुनिया का खजाना जाइए तो बंदा नहीं मुड़ता कदे। सही गल है। अच्छा और अगे एक एक कदम होर, मानवता वाला आप थोड़ी जी गल जी कर रहे हैं ना, ये बड़ा सीरियस मैटर है। बिलकुल जी बिलकुल। देश के एक हिस्से च बड़ी भैड़ी खबर आई भी कोरोना के नाल डेथ होगी, दो बंदे जेडे उथे सेवा करते सी लैके जाते सी संस्कार नूं, हांजी पीपी किटां पा लैंदे ते फिर डेड बॉडी दे विचों कोई समान मुंदरी कोई होर सोना गहना पैसे मोबाइल वो चोरी करते। अच्छा जी। ये भी एक कंप्लेंट हुई। अच्छा। किसने कंप्लेंट की थी बड़ी वड्डी, तो सिस्टम जाग गया, सिस्टम ने ट्रैप लाया, फड़े गए। अच्छा जी। पानी का टीका लाने वाले फड़े गए, 50,000 ऑक्सीजन का सौदा करने वाले फड़े गए, डेड बॉडियों तो समान उतारने वाले बंदे जो उन्होंने जेब च कोई उन्होंने मोबाइल पैसा पीला, ये इंसानियत का पक्ष समझ नहीं आ रहा। देश एडा गुरुआं का देश है साडा, अभी कर की रहे हैं, क्योंकि मैं जो ये पक्ष देखता जो मैं मददगार का पक्ष देखता तो उसका तो मुकाबला ही कोई नहीं। बिलकुल जी। दवाई के पैसे लो, राशन के पैसे लो, रोटी लो, मरीज लिए रोटी लो, जो केयर टेका ओदा खाना फ्री, तो बठिंडे हो रहे जी सारा देख रहे हैं किन्नी सेवा हो रही है। सो ये जी गल ने केसेस घट रहे है, देश ठीक है जी, वो डिकलाइन आ गया घट रहे, मगर डेथ रेट बहुत वध रहे, थोड़ा जा चिंताजनक विषय है। बिलकुल सर, जिम्मे तुसी मानवता की गल की ना जी, कुछ सोशल मीडिया ते फोटो भी वायरल हुई सी भी एक कोई प्रवासी बंदा सी पंजाब दे विच रह रहा ते ओदे वाइफ दी डेथ हो गई, पर ओदे जेड़े मोहल्ले आले जा ओदे पिंड दे लोग सी ओदे नाल रहिंदे उन्हां भी ओदा साथ नहीं दिता, फिर ओनू अपनी वाइफ दी डेड बॉडी नू साइकिल ते लिजाना रहा ते एक थां ते देखिया भी एक कल्ली धी ने अपने परिवारिक मैंबर दा संस्कार कीता। ये देखो एक फियर फैक्टर बहुत है। हाँ जी, मैं पहला गल की ना, हाँ जी, नाल नहीं जाना, हाँ जी, संस्कार नहीं करना, हाँ जी, बोल नहीं लेके आने, हाँ जी, हाँ जी, बस ऐसी इतनी समझनहीनता होगी ना, ये एक फियर फैक्टर भी समझ लो भी आदमी सोचता है मैं उसे जाऊंगा रामबाग, हाँ जी, शायद कोरोना का शिकार ना बन, कोरोना का शिकार ना हो जाए। सो ये तो सानू जेडे नियम ने ना कोरोना तो बचने की सानू सीध दिती हुई है सरकार ने, अमल करना ही पैना, लंबे समय तक सानू मास्क की वरतों करनी पैनी, लंबे समय तक सानू भीड़ भड़के तो बचना पैना, लंबे समय तक घरे वापस मुड़ने का हाथ धोने पैने। बिलकुल जी, मेनू लगता भी है किते ना किते जेड़ा अज भारत की स्थिति है वो पिछले साल जदों आपां शुरुआत हुई सीगी भारत दे विच तां उस समय असीं इस नूं किते लाइटली लिया सीगा, पर वह जदों कहिंदे ने ना किसी भी जगह दे उत्ते कहिंदे किसी दे उत्ते हसना नहीं चाहिदा जां किसी दा वह गल नूं पता नहीं किते ना किते देनी पै जांदी आ। अज मैनूं लगदा वह हालात जदों असीं अपने मुल्क दे देखदे आ तां मैनूं लगदा सारे तों उपर ग्राफ दे विच असीं जा रहे आ, किसी भी ढंग नाल असीं रोक नहीं पा रहे, अनुशासनहीनता च असीं बहुत अगे आ। हां जी, लापरवाहियां च, ठीक है जी, सरकार ने हुण पंजाब दे हर जिले दे विच दुकाना खोलन दा समा समा उत्थों दे डिप्टी कमिश्नर ने अलग अलग अपना तय किया होया, ठीक है जी, बठिंडे विच दुकाना खुलदियां 10 to 2 राशन वालियां जनरल, ठीक है जी, जनरल दुकान, बाकी सब्जी मंडी वगैरा जिहड़ी है उह 6 to 10 है, ठीक है जी। मगर शिकायत होई भी बाजार तां सवेरे 8 बजे खुल जांदा, 7 बजे खुल जांदा। अच्छा, सवेरे जिहड़ा 10 बजे खुलना सी उह सवेरे 6 बजे खुल जांदा जी। हां, ਹੁਣ ਜਿਹੜਾ 10 ਵਜੇ ਖੋਲੋ ਨਾ 8 ਵਜੇ ਖੋਲ ਲਿਆ ਆਪਾਂ, ਸਮਝੇ ਲੋਕ ਸੋਚਦੇ ਨੇ ਵੀ ਕਿਹੜਾ ਪ੍ਰਸ਼ਾਸਨ ਸਵੇਰੇ ਆਂਦਾ ਗਾ, ਨਹੀਂ ਨਹੀਂ ਨਹੀਂ, ਪ੍ਰਸ਼ਾਸਨ ਬੜੀ ਸਖਤੀ ਕਰ ਰਿਹਾ, ਪ੍ਰਸ਼ਾਸਨ ਜਿੰਨੀ ਸਖਤੀ ਕਰੇਗਾ ਕੋਰੋਨਾ ਨੂੰ ਅਸੀਂ ਓਨਾ ਹੀ ਹਰਾਵਾਂਗੇ, ਠੀਕ ਹੈ ਜੀ, ਅਨੁਸ਼ਾਸਨ ਦੇ ਨਾਲ ਹੀ ਕੋਰੋਨਾ ਨੂੰ, ਪਹਿਲੇ ਦੌਰ ਦੇ ਵਿਚ ਅਗਰ ਅਸੀਂ ਕੋਰੋਨਾ ਹਰਾਉਣ ਚ ਕਾਮਯਾਬ ਰਹੇ ਨਾ, ਸਾਡੀ ਇਕਜੁੱਟਤਾ ਤੇ ਸਾਡਾ ਅਨੁਸ਼ਾਸਨ, ਬਿਲਕੁਲ ਜੀ, ਓਹਦਾ ਕੋਈ ਮੁਕਾਬਲਾ ਨਹੀਂ ਸੀ, ਹੁਣ ਅਨੁਸ਼ਾਸਨ ਹੈ ਜਿਹੜਾ ਅਸੀਂ ਓਹਨੂੰ ਕਿਤੇ ਪਿੱਛੇ ਛੱਡਿਆ, ਮਰਜ਼ੀ ਨਾਲ ਹੀ ਦੁਕਾਨ ਖੋਲ ਲਈ, ਬਸ ਉਹ ਫਿਰ ਹੁਣ ਸਮੱਸਿਆਵਾਂ ਤਾਂ ਵੱਧ ਰਹੀਆਂ, ਇਸ ਗੱਲ ਨੂੰ ਸਮਝਦੇ ਨਹੀਂ,
ਇੱਕ ਕੋਈ ਬੰਦਾ ਕਿਸੇ ਵੀ ਪਰਿਵਾਰ ਚੋਂ ਕੋਰੋਨਾ ਪੋਜ਼ਿਟਿਵ ਹੋ ਜਾਏ ਗੁਰਜੀਤ ਜੀ, ਹਾਂਜੀ, ਲੱਖਾਂ ਰੁਪਏ ਉਹਦੇ ਇਲਾਜ ਤੇ ਲੱਗ ਜਾਂਦਾ, ਬਿਲਕੁਲ, ਔਰ ਬੰਦਾ ਵੀ ਨੀ ਹੱਥ ਸਾਡੇ ਹੱਥ ਚ ਆਉਂਦਾ, ਸਹੀ ਗੱਲ, ਬੰਦਾ ਵੀ ਇੱਥੋਂ ਨਿਕਲ ਜਾਂਦਾ, ਹਾਂਜੀ, ਮਾਮਲਾ ਤਾਂ ਇੰਨਾ ਸੀਰੀਅਸ ਹੋਇਆ ਹੋਇਆ ਨਾ, ਹਾਂਜੀ ਹਾਂਜੀ, ਤੇ ਇਹ ਜਿਹੜੀ ਸੀਰੀਅਸਨੈਸ ਹੈ ਮੌਕੇ ਦੀ ਨਜ਼ਾਕਤ ਦੇਖਦੇ ਹੋਏ, ਹਰ ਵਰਗ ਦੀ ਜਿੰਮੇਵਾਰੀ ਹੈ, ਆਪਣੀ ਆਪਣੀ ਜਿੰਮੇਵਾਰੀ ਨਿਪਟਾਵੇ, ਅਨੁਸ਼ਾਸਨ ਚ ਰਹੇ, ਤਾਂ ਅਨੁਸ਼ਾਸਨ ਨਾਲ ਅਸੀਂ ਕੋਰੋਨਾ ਨੂੰ ਦੋ ਚਾਰ ਮਹੀਨੇ ਨੀ, ਹਾਂਜੀ, 15-20 ਦਿਨਾਂ ਚ ਕਿਤੇ ਪਿੱਛੇ ਸੁੱਟ ਦੇਣਗੇ, ਬਿਲਕੁਲ ਜੀ, ਬਿਲਕੁਲ, ਕਿਤੇ ਨਾ ਕਿਤੇ ਸਾਨੂੰ ਆਪਣੇ ਹੌਸਲੇ ਜ਼ਰੂਰ ਬੁਲੰਦ ਰੱਖਣੇ ਚਾਹੀਦੇ ਨੇ, ਬਿਲਕੁਲ, ਮਨੋਬਲ ਸਾਡਾ ਬਹੁਤ ਅੱਛਾ ਚਾਹੀਦਾ, ਜਿਹੜਾ ਵੀ ਪੋਜ਼ਿਟਿਵ ਹੈ ਉਹਦੇ ਵਾਸਤੇ ਵੀ ਇਹ ਬੇਨਤੀ ਹੈ, ਉਹਦੇ ਜਿਹੜੇ ਕੇਅਰ ਟੇਕਰ ਹੈ ਬੇਨਤੀ ਹੈ, ਪਿਛਲੀ ਵਾਰ ਤਾਂ ਵਿੱਚ ਵੀ ਮੈਂ ਬੇਨਤੀ ਕੀਤੀ ਸੀ ਵੀ ਆਈਸੋਲੇਸ਼ਨ ਅਗਰ ਘਰੇ ਹੁੰਦੀ ਹੈ ਤਾਂ ਉਹਨੂੰ ਇਕੱਲੇ ਨੂੰ ਕਿਤੇ ਅਲੱਗ ਕਮਰੇ ਚ ਨੀ ਬੰਦ ਕਰਦੇ, ਜਿਹਦੇ ਨਾਲ ਆਪਣਾ ਰਾਬਤਾ ਗੱਲਬਾਤ ਉਹਦੀ ਸੇਵਾ ਪੂਰੇ ਡਾਕਟਰ ਤੋਂ ਗਾਈਡੈਂਸ ਲੈ ਕੇ ਮੈਡੀਕਲ ਸਿਸਟਮ ਦੀ ਉਹਦੀ ਸੇਵਾ ਕਰੀਏ, ਉਹਦਾ ਮਨੋਬਲ ਉੱਚਾ ਰੱਖੀਏ, ਗੀਤ ਹੈ, ਸੰਗੀਤ ਹੈ, ਐਕਸਰਸਾਈਜ਼ ਹੈ, ਠੀਕ ਹੈ ਨਾ ਜੀ, ਇਹ ਉਹਦੇ ਜੀਵਨ ਦੇ ਵਿੱਚੋਂ ਬਾਹਰ ਨਾ ਅਸੀਂ ਕੱਢੀਏ, ਉਹ ਨਾਲ ਰੱਖੀਏ, ਅਸੀਂ ਉਹਦਾ ਸਾਥ ਦਈਏ, ਉਹਦਾ ਮਨੋਬਲ ਜਿੰਨਾ ਉੱਚਾ ਹੋਏਗਾ ਕੋਰੋਨਾ ਉਨੀ ਛੇਤੀ ਹਾਰੇਗਾ। ਬਿਲਕੁਲ ਜੀ, ਤੇ ਸਰ ਜਿਵੇਂ ਕੋਰੋਨਾ ਦੀ ਗੱਲ ਕਰੀਏ, ਹੈ ਨਾ ਜੀ, ਵੀ ਕੋਰੋਨਾ ਹੁਣ ਸ਼ਹਿਰਾਂ ਤੋਂ ਬਾਅਦ ਪਿੰਡਾਂ ਦੇ ਵੱਲੋਂ ਉਸਨੇ ਰੁਖ ਕਰ ਲਿਆ, ਤੇ ਪਿੰਡਾਂ ਦੇ ਕੀ ਹਾਲਾਤ ਨੇ ਜੀ? ਪਿੰਡ ਦੇ ਦੇਖੋ ਜਦੋਂ ਪ੍ਰਭਾਵ ਉੱਥੇ ਪਿਆ ਤੇ ਪਿੰਡ ਦੇ ਲੋਕ ਪੰਜਾਬ ਦੇ ਵਿੱਚ ਸਿਆਣੇ ਹੋ, ਉਹਨਾਂ ਨੇ ਆਪਣੀ ਫਿਕਰੀ ਪੈਰਾ ਸ਼ੁਰੂ ਕਰ ਲਿਆ, ਪੰਜਾਬ ਦੇ ਸੀਐਮ ਸਾਹਿਬ ਵੱਲੋਂ ਜਿਹੜਾ ਪਿੰਡ 100% ਕਰਾਏਗਾ ਨਾ ਟੀਕਾਕਰਨ ਸਭ ਦਾ ਉੱਥੇ ਰਹਿਣ ਵਾਲਿਆਂ ਦਾ, ਤੇ ਉਹਨਾਂ ਨੂੰ ਉਹਨਾਂ ਵਾਸਤੇ ਇੱਕ ਇਨਾਮ ਵੀ ਰੱਖਿਆ, ਅੱਛਾ ਜੀ, ਗ੍ਰਾਂਟ ਵੀ ਰੱਖੀ ਹੈ, ਟੀਕਾਕਰਨ ਦੇ ਉੱਤੇ ਤਾਂ ਪੂਰਾ ਜ਼ੋਰ ਚਾਹੀਦਾ। ਦੇਖੋ ਟੀਕਾ ਸਾਡੀ ਰੱਖਿਆ ਕਰਦਾ, ਠੀਕ ਹੈ, ਸਾਨੂੰ ਬਚਾਉਂਦਾ, ਜੇ ਕੋਰੋਨੇ ਦਾ ਮੰਨ ਲਓ ਕਿਸੇ ਬੰਦੇ ਤੇ ਅਟੈਕ ਹੋ ਰਿਹਾ, ਉਹਦੇ ਟੀਕੇ ਲੱਗੇ ਆ, ਦੋਨੇ ਡੋਜ਼ ਲੱਗੀ ਹੈ, ਤੇ ਬਹੁਤ ਕਾਫੀ ਹੱਦ ਤੱਕ ਉਹਨੂੰ ਬਚਾਉਂਦਾ, ਕ੍ਰਿਟੀਕਲ ਨਹੀਂ ਹੋਣ ਦਿੰਦਾ। ਅਲੱਗ ਅਲੱਗ ਪੋਜੀਸ਼ਨਾਂ ਨੇ ਸਾਰੀਆਂ, ਹਾਂਜੀ, ਵਾਤਾਵਰਨ ਦੇ ਅਨੁਸਾਰ, ਸਮੇਂ ਦੇ ਅਨੁਸਾਰ, ਸਥਾਨ ਦੇ ਅਨੁਸਾਰ, ਹਰ ਵੇਲੇ ਆਪਾਂ ਕਹਿੰਦੇ ਹਾਂ ਬਾਹਰ ਜਾਂਦੇ ਹਾਂ ਮਾਸਕ ਲਾ ਕੇ ਜਾਈਏ, ਬਿਲਕੁਲ, ਭੀੜ ਭੜੱਕੇ ਤੋਂ ਬਚੀਏ, ਠੀਕ ਹੈ ਜੀ, ਫਿਰ ਘਰੇ ਆਉਂਦੇ ਹਾਂ ਤਾਂ ਸਾਡੇ ਨਾਲ ਹੱਥ ਧੋਈਏ, ਸੈਨੇਟਾਈਜ਼ਰ ਯੂਜ਼ ਕਰੀਏ, ਦੁਬਾਰ ਤੋਂ ਲਗਾ ਸਕਦੇ ਜੀ। ਹਾਂਜੀ ਸਰ, ਮੈਂ ਇੱਕ ਹੋਰ ਬੇਨਤੀ ਕਰਾਂਗਾ, ਸਾਨੂੰ ਪ੍ਰਾਰਥਨਾ ਤੇ ਵੀ ਬਹੁਤ ਜ਼ੋਰ ਦੇਣ ਦੀ ਲੋੜ ਹੈ, ਪ੍ਰਾਰਥਨਾ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ, ਬਿਲਕੁਲ, ਅਰਦਾਸ ਹੈ ਜਿਹੜੀ, ਅਰਦਾਸ ਹੈ ਨਾ, ਬਸ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਪ੍ਰਾਰਥਨਾ ਸੇ ਪ੍ਰਣਾਮ ਬਦਲ ਜਾਤੇ ਹੈ, ਅਰਦਾਸ ਕਰੋ ਮਹਾਰਾਜ ਨੂੰ ਵੀ ਸਾਨੂੰ ਬਖਸ਼ਿਸ਼ ਕਰੇ ਸਿਹਤ ਦੀ, ਬੁੱਧੀ ਦੀ, ਹੌਸਲੇ ਦੀ, ਸੇਵਾ ਦੀ, ਹਾਂਜੀ, ਜਿਹੜਾ ਕੋਈ ਇਫੈਕਟਡ ਉਹਦੀ ਸੇਵਾ ਦੀ ਬਹੁਤ ਜ਼ਰੂਰਤ ਹੈ, ਅਸੀਂ ਉਹਦੀ ਸੇਵਾ ਕਰ ਸਕੀਏ, ਜਿਸ ਰੂਪ ਚ ਤੁਸੀਂ ਸੇਵਾ ਕਰ ਸਕਦੇ, ਪੈਸੇ ਨਾਲ ਸੇਵਾ ਕਰ ਸਕਦੇ ਹੋ ਪੈਸੇ ਨਾਲ ਕਰੋ, ਫਿਜ਼ੀਕਲ ਸੇਵਾ ਉਹਦੇ ਨਾਲ ਕਰੋ, ਉਹਦੇ ਪਰਿਵਾਰ ਨੂੰ ਸਾਂਭਣਾ ਇਸ ਵੇਲੇ ਬਹੁਤ ਜ਼ਰੂਰੀ ਹੈ। ਹਾਂਜੀ, ਗੱਲ ਸੀਗੀ ਜੀ ਪਿੰਡਾਂ ਦੀ, ਜਿਵੇਂ ਹੈ ਨਾ ਜੀ, ਪਿੰਡ ਵੀ, ਪਿੰਡ ਦੇ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣੀ ਸਿਆਣਪ ਬਹੁਤ ਜ਼ਿਆਦਾ ਵਰਤ ਰਹੇ ਨੇ, ਉਹਨਾਂ ਦੇ ਫਿਕਰੀ ਪੈਰੇ ਪਿੰਡਾਂ ਦੇ ਵਿੱਚ ਲਗਾਉਣੇ ਸ਼ੁਰੂ ਕਰਤੇ, ਬਿਲਕੁਲ, ਉਹਨਾਂ ਨੇ ਦੇਖੋ ਵਿਆਹ ਸ਼ਾਦੀਆਂ ਬੰਦ ਕਰਤੀਆਂ, ਸਮਾਗਮ ਬੰਦ। ਸਰ ਇੱਕ ਆਪਣੇ ਨਾਲ ਸਰੋਤਾ ਵੀ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰੇਡੀਓ ਚੰਨ ਪ੍ਰਦੇਸ਼ੀ ਦੇ ਵਿੱਚ ਸਵਾਗਤ ਹੈ ਜੀ, ਤੁਸੀਂ ਕੌਣ ਬੋਲਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਸਰ ਮੈਂ ਤਲਵਿੰਦਰ ਸੈਣੀ ਬੋਲਦਾ ਬਠਿੰਡੇ ਤੋਂ। ਹਾਂਜੀ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ, ਮੈਨੂੰ ਇੱਕ ਦੋ ਵਾਰੀ ਮੌਕਾ ਮਿਲਿਆ ਤੁਹਾਡੇ ਰੇਡੀਓ ਤੇ ਗੱਲ ਕਰਾਂਗਾ, ਬੜਾ ਅੱਛਾ ਲੱਗਿਆ, ਬਹੁਤ ਧੰਨਵਾਦ ਜੀ। ਤੇ ਅੱਜ ਕੱਲ ਅੱਜ ਦਾ ਜਿਹੜਾ ਕਿ ਉਹ ਪੇਸ਼ ਹੈ ਜੀ, ਜੇ ਮੈਂ ਸਹੀ ਹਾਂ ਤਾਂ ਮੈਨੂੰ ਦੱਸੋ ਕਿ ਕੋਵਿਡ ਬਾਰੇ ਹੈ। ਹਾਂਜੀ ਹਾਂਜੀ ਹਾਂਜੀ, ਕੋਰੋਨਾ ਦੀ ਜਾਗਰੂਕ, ਕੋਰੋਨਾ ਮਹਾਮਾਰੀ ਦੇ ਵਿੱਚ ਪੰਜਾਬ ਦੇ ਜਾਂ ਪੰਜਾਬੀਅਤ ਦੇ ਕੀ ਹਾਲਾਤ ਨੇ ਜੀ? ਪੰਜਾਬ ਤੇ ਪੰਜਾਬੀਆਂ ਦੇ ਹਾਲਾਤ ਤਾਂ ਜੀ ਦੇਖੋ ਕਿਸੇ ਤੋਂ ਪੁੱਛੇ ਨੀ, ਆਪਾਂ ਸਾਰੇ ਦੇਖ ਰਹੇ ਹਾਂ, ਪੰਜਾਬੀਆਂ ਦੇ ਤਾਂ ਹਾਲਾਤ ਪਹਿਲੀ ਬੜੇ ਮਾੜੇ ਕੀਤੇ ਪਏ ਆ ਸਰਕਾਰਾਂ ਨੇ, ਚਾਹੇ ਉਹ ਸੈਂਟਰ ਦੇ ਕਿਹੋ ਸਟੇਟ ਦੀ ਹੈ, ਤੇ ਜੋ ਕੋਰੋਨਾ ਬਿਮਾਰੀ ਹੈ ਉਹ ਤੋਂ ਡਰਨ ਦੀ ਲੋੜ ਨੀ, ਹਾਂਜੀ, ਇੱਕ ਹੌਸਲੇ ਦੀ ਜ਼ਰੂਰਤ ਹੈ,
ਮੈਂ ਖੁਦ ਇਹਨੂੰ ਹੰਢਾ ਚੁੱਕਿਆ ਕਿ ਜੋ ਬਿਮਾਰੀ ਹੈ ਸਾਡੇ ਪੰਜਾਬੀਆਂ ਨੂੰ ਜਦੋਂ ਅਸੀਂ ਕਿਸੇ ਕਹਾਵਤ ਨਾਲ ਜਾਂ ਅਸੀਂ ਠੇਠ ਪੰਜਾਬੀ ਸਮਝਾਉਂਦੇ ਹਾਂ ਬੜੀ ਜਲਦੀ ਸਮਝ ਆ ਜਾਂਦੀ ਹੈ ਕਿ ਜਿਹੜੀ ਕੋਰੋਨਾ ਦੀ ਬਿਮਾਰੀ ਹੈ ਸੱਪ ਦੀ ਭੈਣ ਹੈ। ਅੱਛਾ ਜੀ, ਸੱਪ ਦੇ ਨਾਲ ਮਿਲਦੀ ਜੁਲਦੀ ਬਿਮਾਰੀ ਹੈ। ਜਿਵੇਂ 98% ਲੋਕ ਸੱਪ ਦੇ ਜ਼ਹਿਰ ਨਾਲ ਨੀ ਮਰਦੇ, ਉਹ ਡਰ ਨਾਲ ਮਰਦੇ ਨੇ। ਇਹੀ ਕਾਰਨ ਕੋਰੋਨਾ ਦੀ ਬਿਮਾਰੀ ਦਾ। ਬਿਲਕੁਲ, ਵੱਡੇ ਹਸਪਤਾਲਾਂ ਚ ਵੱਡੇ ਡਾਕਟਰਾਂ ਨੇ ਤਾਂ ਸਾਡੇ ਪੰਜਾਬ ਦੇ ਵਿੱਚ ਲੁੱਟ ਮਚਾਈ ਹੋਈ ਹੈ ਵੱਡੇ ਹਸਪਤਾਲਾਂ ਨੇ। ਲੋਕਾਂ ਦੀ ਧਾਰਨਾ ਇਹ ਬਣ ਗਈ ਵੀ ਜੇ ਅਸੀਂ ਹਸਪਿਟਲ ਜਾਵਾਂਗੇ ਤਾਂ ਮਰ ਕੇ ਆਵਾਂਗੇ, ਜਿਹਦੇ ਵਿੱਚੋਂ ਇਹ 80% ਗੱਲ ਸੱਚ ਵੀ ਹੈ। ਜੋ ਸਾਡੇ ਪੰਜਾਬ ਦੇ ਵਿੱਚ ਅੱਜ ਕੱਲ ਬਚਾ RMC ਡਾਕਟਰ ਨੇ, ਉਹ ਸੇਵਾ ਕਰ ਰਹੇ ਨੇ, ਪਰ ਨਾ ਤਾਂ ਉਹਨਾਂ ਵਿਚਾਰਾਂ ਦੀ ਇੰਨੀ ਫੀਸ ਹੁੰਦੀ ਹੈ ਤੇ ਨਾ ਉਹਨਾਂ ਕੋਲ ਇਹੋ ਜਿਹੀਆਂ ਦਵਾਈਆਂ, ਉਹਦੇ ਨਾਲ ਵੀ ਇਹ ਬਿਮਾਰੀ ਵੱਧ ਰਹੀ ਹੈ। ਅੱਛਾ ਭਾਜੀ, ਤੁਸੀਂ ਇੱਕ ਗੱਲ ਕੀਤੀ ਵਿੱਚ ਦੀ ਵੀ ਤੁਸੀਂ ਵੀ ਕੋਵਿਡ ਪੋਜ਼ਿਟਿਵ ਹੋ ਗਏ ਸੀਗੇ ਲੱਗਦਾ, ਹੈ ਨਾ ਜੀ? ਜੀ ਬਿਲਕੁਲ ਜੀ। ਤੇ ਸਰ ਤੁਸੀਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਵੀ ਕਿੱਦਾਂ ਦਾ ਹੋਇਆ ਤੇ ਹੁਣ ਕੀ ਹਾਲਾਤ ਨੇ। ਸਾਡੇ ਨਾਲ ਜੀ ਨਰਿੰਦਰ ਕੁਮਾਰ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਜੀ। ਠੀਕ ਹੈ ਜੀ, ਆਪਣੇ ਬਾਰੇ ਦੱਸਦਾ ਜੀ। ਮੈਂ ਨਾ ਇੱਕ ਤਾਂ ਮੇਰੇ ਚ ਹੌਸਲਾ ਬਹੁਤ ਹੈ ਬਿਮਾਰੀ ਦੇ ਨਾਲ ਲੜਨ ਦਾ। ਦੂਜੀ ਗੱਲ, ਮੈਂ ਪਿਛਲੇ ਸਾਲ ਵੀ ਪੂਰਾ ਦੇ ਦੌਰਾਨ ਫਰੰਟ ਲਾਈਨ ਤੇ ਕੰਮ ਕੀਤਾ ਤੇ ਇਸ ਸਾਲ ਵੀ ਮੈਂ ਕੰਮ ਕਰਦਾ ਸੀ ਹੌਸਲੇ ਦੇ ਵਿੱਚ ਹੀ। ਮੈਨੂੰ ਜਾਣੀ ਕਿ ਜਦੋਂ ਲੱਛਣਾਂ ਦਾ ਪਤਾ ਲੱਗਣ ਲੱਗਿਆ ਮੈਂ ਫੇਰ ਵੀ ਰੁਕਦੇ ਨੇ ਵੀ ਹਫ਼ਤਾ 10 ਦਿਨ ਇਸ ਤੋਂ ਰੁਕੇ ਨੀ ਗਿਆ, ਫੇਰ ਵੀ ਮੈਂ ਕੰਮ ਕਰਦਾ ਰਿਹਾ ਤੇ ਜਦੋਂ ਐਨ ਐਂਡ ਤੇ ਅਖੀਰ ਹੋ ਗਈ ਤੇ ਮੈਂ ਘਰ ਡਿੱਗ ਪਿਆ। ਡਿੱਗਣ ਤੋਂ ਬਾਅਦ ਮੇਰੇ ਫਰੈਂਡ ਮੈਨੂੰ ਕਹਿੰਦੇ ਤੂੰ ਡਾਕਟਰ ਕੋਲ ਚੱਲ। ਮੈਂ ਕਿਹਾ ਵੀ ਮੈਨੂੰ ਰੈਸਟ ਕਰਨ ਦੋ 2 ਦਿਨ, ਉਸ ਤੋਂ ਬਾਅਦ ਮੈਂ ਡਿਸੀਜਨ ਲਊਂਗਾ। ਪਰ ਮੈਂ 1 ਦਿਨ ਹੀ ਰੈਸਟ ਕੀਤੀ, ਦੂਜੇ ਦਿਨ ਮੈਨੂੰ ਮੇਰੇ ਦੋਸਤ ਡਾਕਟਰ ਕੋਲ ਲੈ ਗਏ, ਉਹਨਾਂ ਨੇ ਮੇਰੇ ਟੈਸਟ ਵਗੈਰਾ ਕੀਤੇ, ਜੋ ਲੱਛਣ ਸੀ ਕੋਵਿਡ ਦੇ ਉਹ ਆਉਣੇ ਸੀਗੇ। ਮੈਂ ਡਾਕਟਰ ਸਾਹਿਬ ਨੂੰ ਇੱਕ ਗੱਲ ਮੈਂ ਜਾਣਦਾ ਸੀਗਾ, ਮੈਂ ਪੜ੍ਹਦਾ ਵੀ ਸੀਗਾ ਤੇ ਵਧੀਆ, ਜਿਵੇਂ ਹੁਣ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਸੀ, ਇਸ ਤਰ੍ਹਾਂ ਮੈਂ ਡਾਕਟਰਾਂ ਦੀਆਂ ਬਹੁਤ ਇੰਟਰਵਿਊ ਸੁਣ ਚੁੱਕਿਆ ਸੀਗਾ। ਇਸ ਤੇ ਮੇਰੀ ਜਿਹੜੀ ਕਹਿੰਦੇ ਇੱਕ ਤਰ੍ਹਾਂ ਦੀ ਰਿਸਰਚ ਹੋਈ ਹੋਈ ਸੀ। ਅੱਛਾ ਜੀ, ਮੈਂ ਡਾਕਟਰ ਸਾਹਿਬ ਕੋਲ ਜਦੋਂ ਗਿਆ, ਸਾਡੇ ਬਹੁਤ ਅੱਛੇ ਡਾਕਟਰ ਨੇ ਨਿਊ ਸਿਟੀ ਹਸਪਤਾਲ ਵਾਲੇ ਹਰੀਸ਼ ਜੀ, ਤੇ ਉੱਥੇ ਉਹਨਾਂ ਨਾਲ ਗੱਲਬਾਤ ਜਿਹੜੀ ਹੋਈ, ਮੈਂ ਪਹਿਲਾਂ ਉਹਨਾਂ ਨੂੰ ਆਪਣੀ ਦੱਸੀ ਮੈਂ ਜੇ ਤੁਸੀਂ ਇਸ ਤਰੀਕੇ ਨਾਲ ਮੇਰਾ ਟ੍ਰੀਟਮੈਂਟ ਕਰੋਗੇ ਮੈਂ ਜਲਦੀ ਠੀਕ ਹੋ ਜੂਗਾ। ਉਹ ਕਹਿੰਦੇ ਵੀ ਤੂੰ ਦੱਸ। ਮੈਂ ਕਿਹਾ ਪਹਿਲਾਂ ਨੰਬਰ ਦਾ ਤੁਸੀਂ ਇਹ ਨਾ ਸਮਝੋ ਮੈਂ ਤੁਹਾਡੇ ਪੇਸ਼ੈਂਟ ਆਇਆ, ਤੁਸੀਂ ਕਿਸੇ ਗੱਲ ਦੇ ਕੋਈ ਘਬਰਾਉਣਾ ਨੀ, ਤੇ ਤੁਸੀਂ ਬਸ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਮੈਨੂੰ ਮੇਰੀ ਨੀਡ ਪੂਰੀ ਹੋ ਜਾਵੇ, ਉਸ ਤਰ੍ਹਾਂ ਦੀ ਕੋਈ ਦਵਾਈ ਦੇ ਦਿਓ ਜੋ ਮੇਰੀ ਥਕਾਵਟ ਹੈ। ਚਲੋ ਉਹ ਮੈਨੂੰ ਸਿੰਪਲ ਪਹਿਲਾਂ ਉਹਨਾਂ ਨੇ ਦੋਨੋਂ ਹੀ ਸੈਣੀ ਸਾਹਿਬ, ਕਿਉਂਕਿ ਸਾਡੇ ਕੋਲ ਲਾਈਨ ਦੇ ਵਿੱਚ ਕਾਲ ਹੋਰ ਵੀ ਆ ਜਾਂਦੀ ਹੈ ਜੀ, ਥੋੜਾ ਜਿਹਾ ਸਮੇਂ ਦੀ ਨਜਾਕਤ। ਅੱਛਾ ਜੀ, ਉਸ ਤੋਂ ਬਾਅਦ ਮੈਂ ਤੁਹਾਨੂੰ ਪੰਜਾਬੀ ਚ ਦੱਸਦਾ ਜੀ ਵੀ ਇਸ ਦੇ ਵਿੱਚ ਜਿਹੜੀ ਇਹਦੀ ਖੁਰਾਕ ਹੈ ਜੀ, ਜਿੰਨਾ ਕੁ ਮੈਂ ਦੇਖਿਆ ਸੀਗਾ ਵੀ ਕੋਵਿਡ ਦਾ ਜਿਹੜਾ ਵਾਇਰਸ ਹੈ ਜੀ, ਖੁਰਾਕ ਹੈ ਜੀ ਕਹਿੰਦੇ ਗਲੂਕੋਜ਼, ਤੇ ਮੈਂ ਬਿਲਕੁਲ ਹੀ ਬੰਦ ਕਰਤਾ ਮਿੱਠਾ, ਬਿਲਕੁਲ ਬੰਦ, ਮਿੱਠਾ ਨੀ ਲਿੱਤਾ। ਉਸ ਤੋਂ ਬਾਅਦ ਜਿਹੜੇ ਦੇਸੀ ਨੁਸਖੇ ਸੀਗੇ ਸਾਡੇ ਦਾਦੀਆਂ ਨੇ ਦੱਸੇ ਹੋਏ, ਸਾਡੇ ਦਾਦਿਆਂ ਦੇ ਬਜ਼ੁਰਗਾਂ ਨੇ, ਉਹ ਵੀ ਜ਼ਿਆਦਾ ਮੈਂ ਕਾੜਾ ਵਗੈਰਾ ਲਿਆ। ਤੇ ਡਾਕਟਰ ਸਾਹਿਬ ਨੂੰ ਤਾਂ ਇਹ ਕਿਹਾ ਸੀਗਾ ਵੀ ਜਦੋਂ ਇਸ ਚੀਜ਼ ਦੀ ਕੋਈ ਦਵਾਈ ਨੀ, ਗਲੂਕੋਜ਼ ਮੈਂ ਲਵਾਉਣਾ ਨੀ, ਤੇ ਬਸ ਤੁਸੀਂ ਦੇਖਦੇ ਰਹੋ ਵੀ ਮੇਰੇ ਟੈਸਟ ਕਰ ਲਿਆ ਕਰੋ। ਸਿਰਫ ਹੋਸਪਿਟਲ ਮੈਂ ਟੈਸਟ ਕਰਾਉਣ ਜਾਂਦਾ ਵੀ ਵੱਧ ਰਿਹਾ ਘੱਟ ਰਿਹਾ, ਉਹ ਦੇਸੀ ਇਲਾਜ ਦੇ ਨਾਲ, ਕਾੜਿਆਂ ਦੇ ਨਾਲ, ਪਰਹੇਜ਼ ਰੱਖਣ ਨਾਲ, ਮਿੱਠਾ ਬੰਦ ਕਰਨ ਨਾਲ, ਮੈਂ ਬਿਲਕੁਲ ਬਿਲਕੁਲ ਜੀ। ਕਹਿੰਦੇ ਕਿਤੇ ਨਾ ਕਿਤੇ ਇਨਸਾਨ ਦੇ ਵਿੱਚ ਸਭ ਤੋਂ ਵੱਡੀ ਵਾਲੀ ਆਪਣੀ ਵਿਲ ਪਾਵਰ, ਯਾਨੀ ਕਿ ਹੌਸਲਾ ਬਹੁਤ ਜ਼ਿਆਦਾ ਬੁਲੰਦ ਚਾਹੀਦਾ, ਤੇ ਉਸੇ ਕਰਕੇ ਅੱਜ ਤੁਸੀਂ ਉਸ ਇਹ ਮਹਾਮਾਰੀ ਦੇ ਨਾਲ ਲੜ ਕੇ ਤੰਦਰੁਸਤ ਹੋ। ਮਹਾਮਾਰੀ ਨਹੀਂ ਹੈ, ਦੇਖੋ ਇਹ ਮਹਾਮਾਰੀ ਬਣਾ ਦਿੱਤੀ ਗਈ ਹੈ। ਜਦੋਂ ਅਸੀਂ ਡਰਾ ਦਿੰਦੇ ਹਾਂ ਤੈਨੂੰ ਕੋਰੋਨਾ ਹੋਗਾ ਤੂੰ ਨਹੀਂ ਬਚਣਾ, ਇਸ ਤੋਂ ਡਰਨ ਦੀ ਲੋੜ ਨਹੀਂ, ਲੜਨ ਦੀ ਲੋੜ ਹੈ, ਕੁਛ ਨੀ ਹੁੰਦਾ। ਇਹਦੀ ਜਿਹੜੀ ਮੌਤ ਦਾ ਪਰਸੈਂਟੇਜ ਹੈ ਬਹੁਤ ਘੱਟ ਹੈ, ਚਲੋ ਸਹੂਆ ਜ਼ਿਆਦਾ ਬਣਾ ਕੇ, ਤੇ ਇਸ ਕਰਕੇ ਤੋਂ ਡਰੋ ਨਾ, ਲੋ ਇੰਨਾ ਲੜੋ। ਹਾਂਜੀ ਸਰ, ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਹੈਲੋ, ਹਾਂਜੀ, ਹੈਲੋ, ਹੈਲੋ, ਆਵਾਜ਼ ਆ ਰਹੀ ਹੈ ਜੀ ਮੈਨੂੰ? ਹਾਂਜੀ ਸਰ, ਮੈਂ ਸਰ ਰੁਕ ਗਿਆ ਸੀ ਵਿੱਚ, ਬੋਲ ਰਹੇ ਸੀ ਨਾ ਨਰਿੰਦਰ ਸਰ, ਕਰਕੇ ਮੈਂ ਰੁਕ ਗਿਆ ਸੀਗਾ ਮੈਂ। ਹੈਲੋ, ਮੈਨੂੰ ਲੱਗਦਾ ਜੀ ਨਰਿੰਦਰ ਸਰ ਦੀ ਕਾਲ ਕੱਟ ਗਈ ਜੀ, ਚਲੋ ਆਪਾਂ ਉਹਨਾਂ ਨੂੰ ਜੋੜਦੇ ਹਾਂ ਦੁਬਾਰਾ ਤੋਂ ਜੀ। ਤੇ ਬਹੁਤ ਬਹੁਤ ਧੰਨਵਾਦ ਸੈਣੀ ਸਾਹਿਬ ਤੁਹਾਡਾ ਜੀ। ਓਕੇ ਸਰ, ਥੈਂਕ ਯੂ। ਤੇ ਬਿਲਕੁਲ ਜੀ, ਜਿਵੇਂ
ਸਾਨੂੰ ਤਲਵਿੰਦਰ ਜੀ ਨੇ ਇਹ ਗੱਲ ਕਹੀ ਵੀ ਕਿਤੇ ਨਾ ਕਿਤੇ ਇਸ ਨੂੰ ਆਪਾਂ ਮਹਾਮਾਰੀ ਨਾ ਸਮਝਦੇ ਹੋਏ ਇਸ ਨੂੰ ਅਸੀਂ ਕਿਤੇ ਨਾ ਕਿਤੇ ਕੁਛ ਹੱਦ ਤੱਕ ਇੱਕ ਬਿਮਾਰੀ ਜਾਂ ਇੱਕ ਥੋੜੀ ਜੀ ਉਹ ਪਾਵਰ ਨੂੰ ਪਾਵਰ ਲੜਨ ਵਾਸਤੇ ਸਾਨੂੰ ਹੌਸਲੇ ਦੀ ਜ਼ਰੂਰਤ ਹੈ। ਸਾਨੂੰ ਉਸ ਹੌਸਲੇ ਦੇ ਨਾਲ ਇਸ ਬਿਮਾਰੀ ਦਾ ਸਾਹਮਣਾ ਕਰਨਾ ਚਾਹੀਦਾ। ਤੇ ਬਿਲਕੁਲ ਜੀ ਕਹਿੰਦੇ ਨੇ ਜਦੋਂ ਵੀ ਅਸੀਂ ਕਿਸੇ ਵੀ ਬਿਮਾਰੀ ਦਾ ਸਾਹਮਣਾ ਕਿਸੇ ਵੀ ਤਰ੍ਹਾਂ ਆਪਣੇ ਹੌਸਲਿਆਂ ਦੇ ਨਾਲ ਕਰਦੇ ਹਾਂ ਫਿਰ ਕਿਤੇ ਨਾ ਕਿਤੇ ਅਸੀਂ ਉਸ ਦੇ ਨਾਲ ਲੜ ਕੇ ਅਸੀਂ ਕਿਤੇ ਨਾ ਕਿਤੇ ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਤੇ ਨਰਿੰਦਰ ਕੁਮਾਰ ਜੀ ਦੀ ਜਿਵੇਂ ਕਿਤੇ ਨਾ ਕਿਤੇ ਕਿਸੇ ਕਾਰਨ ਲਾਈਨ ਡਿਸਕਨੈਕਟ ਹੋ ਗਈ ਸੀ, ਆਪਾਂ ਉਹਨਾਂ ਨੂੰ ਜੋੜ ਚੁੱਕੇ ਹਾਂ। ਸਰ ਆਵਾਜ਼ ਆ ਰਹੀ ਹੈ ਜੀ? ਹੁਣ ਆ ਰਹੀ ਹੈ ਜੀ, ਵਿੱਚ ਬੰਦ ਹੋ ਗਈ ਸੀ। ਅੱਛਾ ਜੀ, ਹਾਂਜੀ ਸਰ। ਤੇ ਸਰ ਬਿਲਕੁਲ ਜੀ, ਜਿਵੇਂ ਮੈਂ ਕਹਿ ਰਿਹਾ ਸੀ ਵੀ ਤਲਵਿੰਦਰ ਜੀ ਨੇ ਦੱਸਿਆ ਵੀ ਮੈਨੂੰ ਕੋਵਿਡ ਪੋਜ਼ਿਟਿਵ ਹੋ ਗਿਆ ਸੀ। ਹੌਸਲਾ ਜ਼ਰੂਰੀ ਹੈ। ਇਹਨਾਂ ਨੇ ਜਿਹੜੀ ਮਨੋਬਲ ਵਾਲੀ ਗੱਲ ਕੀਤੀ ਔਰ ਗਲੂਕੋਜ਼ ਵਾਲੀ ਗੱਲ ਕੀਤੀ ਨਾ, ਇਹ ਬੜੀ ਜ਼ਬਰਦਸਤ ਹੈ। ਜਿਹੜੀ DRDO ਨੇ ਹੁਣ ਮੈਡੀਸਨ ਕੱਢੀ ਹੈ ਪਰਸੋਂ, ਹਾਂਜੀ, ਉਹਦੇ ਵਿੱਚ ਗਲੂਕੋਜ਼ ਨਹੀਂ ਹੈ, ਮਗਰ ਉਸ ਟਾਈਪ ਦਾ ਸਿਸਟਮ ਹੈ ਤਾਂ ਕਿ ਜਿਹੜਾ ਵਾਇਰਸ ਹੈ ਕੋਰੋਨਾ ਦਾ, ਜਦੋਂ ਇਹ ਅਸੀਂ ਉਹ ਦਵਾਈ ਲਵਾਂਗੇ, ਆਰਡਰ ਰਖਾਵਾਂਗੇ ਦਵਾਈ ਦੇ ਰੂਪ ਦੇ ਵਿੱਚ, ਹਾਂਜੀ, ਤਾਂ ਜਿਹੜਾ ਵਾਇਰਸ ਹੈ ਕੋਰੋਨਾ ਦਾ ਭੁਲੇਖਾ ਭੁਲੇਖੇ ਨਾਲ ਵੀ ਗਲੂਕੋਜ਼ ਹੈ ਇਹਨੂੰ ਖਾਏਗਾ ਤੇ ਉਹ ਖਤਮ ਹੋਏਗਾ। ਇੱਕ ਬਹੁਤ ਵੱਡੀ ਇਹ ਜਿਹੜੀ ਮੈਡੀਸਨ ਸਾਡੇ ਦੇਸ਼ ਚ DRDO ਨੇ ਬਣਾਈ ਹੈ, ਇਹਦੇ ਨਾਲ ਤੁਸੀਂ ਆਉਣ ਵਾਲੇ ਦਿਨਾਂ ਚ ਦੇਖਣਾ ਬੜੀ ਜਲਦੀ। ਬਿਲਕੁਲ ਸਰ, ਮੈਂ ਇੱਕ ਹੋਰ ਇੱਥੇ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਜਿਵੇਂ ਤਲਵਿੰਦਰ ਜੀ ਨੇ ਹੌਸਲੇ ਨਾਲ ਇਸ ਲੜਨ ਨਾਲ ਮੁਕਾਬਲਾ ਕੀਤਾ, ਉਵੇਂ ਹੀ ਇੱਕ ਮੇਰੇ ਮਿੱਤਰ ਹੋਰ ਨੇ ਜੀ ਰੋਕੀ ਜੀ, ਉਹ ਤੇ ਉਹਨਾਂ ਦੀ ਵਾਈਫ ਨੂੰ ਦੋਨਾਂ ਨੂੰ ਹੋ ਗਿਆ ਸੀ। ਤੇ ਮੈਂ ਤਾਂ ਅੱਜ ਫੇਸਬੁੱਕ ਤੇ ਜਦੋਂ ਉਹਨਾਂ ਦਾ ਮੈਸੇਜ ਪੜਿਆ ਵੀ ਇਸ ਮਹਾਮਾਰੀ ਨਾਲ ਮੈਂ ਲੜ ਕੇ ਤੰਦਰੁਸਤ ਹੋਇਆ, ਜਾਂ ਮੈਂ ਲੋਕਾਂ ਦਾ ਸ਼ੁਕਰ ਗੁਜ਼ਾਰ ਕਰਦਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ, ਤੇ ਉਸ ਮੈਸੇਜ ਤੋਂ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਗੱਲ ਕਹੀ ਜੀ ਵੀ ਮੈਨੂੰ ਕਿਤੇ ਨਾ ਕਿਤੇ ਮੇਰੇ ਰਿਸ਼ਤੇਦਾਰਾਂ ਨੇ ਸਾਥ ਨਹੀਂ ਦਿੱਤਾ, ਪਰ ਜਿਹੜੇ ਮੇਰੇ ਨਾਲ ਯਾਰ ਦੋਸਤ ਸੀ ਉਹਨਾਂ ਨੇ ਮੇਰਾ ਸਾਥ ਦਿੱਤਾ, ਮੇਰਾ ਹੌਸਲਾ ਵਧਾਇਆ, ਤੇ ਅੱਜ ਉਸ ਦੇ ਨਾਲ ਲੜ ਕੇ ਮੈਂ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਬਚਾ ਪਾਇਆ। ਦੋਨੇ ਮੀਆਂ ਬੀਬੀ ਬੜੇ ਲੱਕੀ ਨੇ, ਹਾਂਜੀ, ਪਰਿਵਾਰ ਨੇ ਰਿਸ਼ਤੇਦਾਰਾਂ ਨੇ ਸਾਥ ਨਹੀਂ ਦਿੱਤਾ, ਮਗਰ ਦੋਸਤ ਜਿਹੜੇ ਨਾ ਰਿਸ਼ਤੇਦਾਰ ਤੋਂ ਕਿਤੇ ਬਹੁਤ ਉੱਪਰ ਹੁੰਦੇ ਆ, ਉਹਨਾਂ ਨੇ ਸਾਥ ਦਿੱਤਾ, ਇਹਨਾਂ ਦਾ ਮਨੋਬਲ ਬਣਾਈ ਰੱਖਿਆ ਔਰ ਮਨੋਬਲ ਉੱਚਾ ਹੋਇਆ ਤੇ ਬਿਮਾਰੀ ਨੂੰ ਹਰਾ ਕੇ ਬਾਹਰ ਨਿਕਲੇ। ਤੇ ਜੀ ਇੱਕ ਹੋਰ ਹੈ ਜੀ, ਤੇ ਆਪਾਂ ਨੂੰ ਵਿਰਿੰਦਰ ਜੀ, ਤੁਸੀਂ ਤੁਹਾਡੀ ਕਾਲ ਆ ਰਹੀ ਸੀਗੀ ਜੀ, ਕਿਉਂਕਿ ਉਦੋਂ ਕਾਲ ਵਿੱਚ ਚੱਲੀ ਜਾ ਰਹੀ ਸੀ, ਤੇ ਤੁਸੀਂ ਦੁਬਾਰਾ ਤੋਂ ਕਾਲ ਕਰ ਸਕਦੇ ਹੋ ਭਾਜੀ। ਅੱਛਾ ਜੀ, ਗੱਲ ਚੱਲ ਰਹੀ ਸੀ ਵੀ ਪਿੰਡਾਂ ਦੇ ਵਿੱਚ ਠੀਕਰੀ ਪਹਿਰਾ ਪਿੰਡ ਵਾਲਿਆਂ ਨੇ ਉਹਨਾਂ ਨੇ ਆਪੇ ਲਾਇਆ, ਸਰਕਾਰ ਨੇ ਵੀ ਬੇਨਤੀ ਕੀਤੀ ਵੀ ਠੀਕਰੀ ਪਹਿਰਾ ਲਾਓ, ਲਾਇਆ ਉਹਨਾਂ ਨੇ, ਆਪਣੇ ਵਿਆਹ ਆਪਣੇ ਪ੍ਰੋਗਰਾਮ ਫੰਕਸ਼ਨ ਸਭ ਬੰਦ ਕਰਤੇ ਵੀ ਜਿੰਨੀ ਦੇਰ ਤੱਕ ਕੋਰੋਨਾ ਖਤਮ ਨੀ ਹੋਏਗਾ, ਹਾਂਜੀ, ਤੇ ਬਈ ਇੱਕ ਪਰਹੇਜ਼ ਕਰੀਏ ਅਸੀਂ ਬਚੀਏ। ਇਹ ਕਿੰਨੀ ਵੱਡੀ ਉੱਚੀ ਸੋਚ ਹੈ ਔਰ ਸਿਹਤਮੰਦ ਸੋਚ ਹੈ, ਇਹਨੂੰ ਮੈਂ ਸਿਹਤਮੰਦ ਸੋਚ ਕਹਿੰਦਾ। ਬਿਲਕੁਲ ਜੀ, ਕਿਉਂਕਿ ਇਲਾਜ ਨਾਲੋਂ ਪਰਹੇਜ਼ ਬਿਹਤਰ ਵਾਲੀ ਗੱਲ ਆ, ਪਰਹੇਜ਼ ਜ਼ਰੂਰੀ ਹੈ। ਤੇ ਪਿੰਡਾਂ ਦੇ ਵਿੱਚ ਜਿਵੇਂ ਕਈ ਪਿੰਡਾਂ ਨੇ ਤਾਂ ਐਸਾ ਕੰਮ ਕੀਤਾ ਵੀ ਜੇਕਰ ਕੋਈ ਵੀ ਪਿੰਡ ਵਾਸੀ ਘਰੋਂ ਪਿੰਡ ਤੋਂ ਬਾਹਰ ਜਾਂਦਾ ਸ਼ਹਿਰ ਦੇ ਵਿੱਚ, ਕਿਤੇ ਨਾ ਕਿਤੇ ਹਰ ਇੱਕ ਇਨਸਾਨ ਨੂੰ ਕੰਮ ਵਾਸਤੇ ਜਾਣਾ ਪੈਂਦਾ, ਤਾਂ ਜਦੋਂ ਉਹ ਵਾਪਸ ਪਿੰਡ ਦੇ ਵਿੱਚ ਆਉਂਦਾ ਉਸ ਨੂੰ ਪ੍ਰੋਪਰ ਸੈਨੇਟਾਈਜ਼ ਕੀਤਾ ਜਾਂਦਾ, ਪ੍ਰੋਪਰ ਉਸ ਨੂੰ ਟ੍ਰੀਟਮੈਂਟ ਦੇ ਕੇ ਹੱਥ ਹੈਂਡ ਵਾਸ਼ ਕਰਾ ਕੇ ਫਿਰ ਉਸ ਨੂੰ ਪਿੰਡ ਦੀ ਜੂਹ ਦੇ ਅੰਦਰ ਐਂਟਰੀ ਦਿੱਤੀ ਜਾਂਦੀ ਹੈ। ਬਿਲਕੁਲ ਬਿਲਕੁਲ। ਤੇ ਸਰ ਜੀ ਇੱਕ ਹੋਰ ਗੱਲ ਹੈ ਜੀ ਵੀ ਕਿਤੇ ਨਾ ਕਿਤੇ ਇੱਕ ਮੰਨ ਲਓ ਜੇ ਆਪਾਂ ਗੱਲ ਕਰੀਏ ਜੀ ਵੀ ਇੱਕ ਗੰਗਾ ਜਿਹੜੀ ਹੈ ਉਹ ਬਹੁਤ ਹੀ ਪਵਿੱਤਰ ਤੇ ਸਤਿਕਾਰਯੋਗ ਹੈ, ਹਰ ਵਰਗ ਉਸ ਦਾ ਸਤਿਕਾਰ ਕਰਦਾ, ਪਰ ਕਿਤੇ ਨਾ ਕਿਤੇ ਅੱਜ ਉਸੇ ਗੰਗਾ ਦੇ ਵਿੱਚ ਲੋਕਾਂ ਵੱਲੋਂ ਲਾਸ਼ਾਂ ਨੂੰ ਸੁੱਟਿਆ ਜਾ ਰਿਹਾ, ਇਹਦਾ ਕੀ ਕਾਰਨ ਹੈ ਜੀ? ਦੇਖੋ ਮੈਂ ਕਾਫੀ ਅਰਸਾ ਪਹਿਲਾਂ ਕਹਿ ਦੋ 2 ਦਹਾਕੇ ਪਹਿਲਾਂ ਇੱਕ ਚੀਜ਼ ਮੈਂ ਵਿਜ਼ਿਟ ਕੀਤਾ ਇਸ ਏਰੀਏ ਦੇ ਵਿੱਚ, ਤਾਂ ਮੇਰੇ ਜਾਣਕਾਰੀ ਦੇ ਵਿੱਚ ਉੱਥੋਂ ਜਿਹੜੇ ਸੀਗੇ ਉਹਨਾਂ ਨੇ ਦੱਸਿਆ ਵੀ ਗੁਰਬਤ ਬਹੁਤ ਹੈ, ਸੰਸਕਾਰ ਜੋਗੇ ਪੈਸੇ ਨੀ। ਅੱਛਾ ਜੀ, ਤਾਂ ਸੱਜੀ ਹੱਡੀ ਤਲੀ ਡਾਕ ਕੇ ਨਾ ਜੀ ਤੇ ਡੈਡ ਬੋਡੀ ਜਿਹੜੀ ਹੈ ਗੰਗਾ ਚ ਬਹਾ ਦਿੰਦੇ ਆ। ਸੱਜੇ ਹੱਥ ਦੀ ਜੀ? ਸੱਜੇ ਹੱਥ ਦੀ ਤਲੀ ਦੇ ਉੱਤੇ ਦਾਗ ਦੇ ਦਿੰਦੇ ਆ ਫਾਇਰ ਦਾ। ਠੀਕ ਹੈ ਜੀ, ਮੰਨ ਲਓ ਅੱਗੇ ਕਿਤੇ ਪੁਲਿਸ ਨੂੰ ਮਿਲੇ ਜਾਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸੰਸਕਾਰ ਹੋਇਆ ਹੋਇਆ। ਅੱਛਾ ਜੀ, ਇਹ ਚੀਜ਼ ਮੈਂ ਦੇਖੀ ਬੜੀ, ਤੁਹਾਨੂੰ ਮੈਂ ਕੋਈ 20 ਸਾਲ ਪੁਰਾਣੀ ਗੱਲ ਦੱਸ ਰਿਹਾ। ਅੱਛਾ, 20 ਸਾਲ ਪੁਰਾਣੀ ਗੱਲ ਹੈ ਜੀ? ਹਾਂ, ਹੁਣ ਵੀ ਮੈਨੂੰ ਇਹੀ ਲੱਗਦਾ ਵੀ ਗੁਰਬਤ ਬਹੁਤ ਹੈ, ਕੋਈ ਕੋਰੋਨਾ ਨਾਲ ਡੈਥ ਹੋ ਗਈ
संस्कार दे पैसे नहीं। हां जी कुछ भी गल आ सकती है बाहर, ठीक है जी, क्योंकि सरकार ओदे ते बहुत जागरूक है भी गंगा दे विच इदां डेड बॉडीज इन्नियां कट्ठियां सुट देनियां। डेड बॉडीज दा नंबर ऑफ हायर साइड इस लई लगदा मैनू ड्यू टू कोरोना। अच्छा जी, मैनू ए लगदा, बाकी हुण स्टडी आएगी, इनक्वायरी जिहड़ी चल रही है हां जी उथों सच्चाई बाहर आ जाएगी। और तुसी एक होर चीज मैं दस दू तुहानू, 5-6 साल पहले मैं बनारस जाने का मौका मिले, असी आरती देख रहे सी, ठीक है जी, 80 घाट दे उत्ते जी, 80 घाट ने उत्थे इस नाम का गंगा जिहड़ी चंद्र घाट च उत्थे एक बहुत उच्चा प्लेटफॉर्म है, घाट है जिथे संस्कार हुंदे, ठीक है जी, तुसी हैरान रह जाओगे गुरजीत जी, असी तो कहने ना सूर्य उदय ते सूर्य अस्त दे विचकार संस्कार होना चाहिए, उत्थे मैं 24 घंटे संस्कार देखे, अच्छा जी, रात नूं 11 बजे भी, 12 बजे भी, 1 बजे भी, 2 बजे भी, मतलब 24 आवर संस्कार उत्थे हुंदे आ। अच्छा जी, मैनू नहीं सी पता भी साडे ते माड़ा वेला आ रहा है, कोरोना आ गया, हुणे ही 2 दिन पहला मैनू इत्थे रामबाग च जाना पिया बड़ी मजबूरी च। अच्छा जी, मैं हैरान रह गया भी सूर्य अस्त बाद रात नूं 8:30 बजे 9 बजे संस्कार, साडे खड़ी खड़ी 3 होर डेड बॉडीज आईयां कोरोना नाल, ਉਹਨਾਂ ਦੀ ਮ੍ਰਿਤਿਊ ਹੋਈ ਤੇ ਅਸੀਂ ਵਾਪਸ ਆਏ ਆ 9:15 ਵਜੇ, ਉਸ ਤੋਂ ਬਾਅਦ ਵੀ ਡੈਡ ਬੋਡੀਜ਼ ਆ ਰਹੀਆਂ ਸੀ। ਅੱਜ ਤਾਂ ਬਠਿੰਡੇ ਦੇ ਰਾਮਬਾਗ ਦੇ ਵਿੱਚ ਵੀ ਸਾਰੀ ਰਾਤ ਇਹੀ ਕੰਮ ਹੋਇਆ ਪਿਆ ਮਰੀਜ਼ ਦਾ। ਬਿਲਕੁਲ ਜੀ, ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਕੱਲ 18 ਤਰੀਕ ਨੂੰ 34 ਡੈਥਾਂ ਹੋਈਆਂ ਨੇ ਪੰਜਾਬ ਚ, ਮੈਨੂੰ ਲੱਗਦਾ ਸਭ ਤੋਂ ਵੱਡੀ ਇਹ ਬਠਿੰਡੇ ਦੀ ਗੱਲ ਹੈ, ਪੰਜਾਬ ਦੀ ਹੈ ਹੀ ਇਸ ਫਿਗਰ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ 34 ਦੀ। ਹਾਂਜੀ ਹਾਂਜੀ ਜੀ 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 ਬਿਲਕੁਲ ਜੀ, ਕਿਤੇ ਨਾ ਕਿਤੇ ਹੈ ਹਰ ਇੱਕ ਵਰਗ ਜਾਂ ਹਰ ਇੱਕ ਲੋਕਾਂ ਨੂੰ, ਹਰ ਇੱਕ ਪਰਿਵਾਰਕ ਮੈਂਬਰ ਨੂੰ ਇਹ ਆਪਣਾ ਫਰਜ਼ ਸਮਝਦੇ ਹੋਏ ਕਿਤੇ ਨਾ ਕਿਤੇ ਇਹਨਾਂ ਦਾ ਪਾਲਣ ਕਰਨਾ ਚਾਹੀਦਾ। ਤੁਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਹੋ, ਅੱਜ ਵੀ ਅਸੀਂ ਆਪਣਾ ਲਾਈਫ ਸਟਾਈਲ ਦੇ ਉੱਤੇ ਅਨੁਸ਼ਾਸਨ ਨਹੀਂ ਲਾ ਰਹੇ। ਹਾਂਜੀ, ਮੈਨੂੰ ਜਦੋਂ ਵੀ ਮੈਂ ਬਾਜ਼ਾਰ ਕੋਈ ਆਪਣੇ ਕੰਮ ਚ ਜਾਂਦਾ ਜ਼ਰੂਰਤ ਪੈਂਦੀ ਹੈ, ਗੋਲਗੱਪਿਆਂ ਦੀਆਂ ਰੇਹੜੀਆਂ ਤੇ, ਫਾਸਟ ਫੂਡ ਦੀਆਂ ਰੇਹੜੀਆਂ ਤੇ ਬਸ ਉਨੀ ਭੀੜ ਹੈ। ਜ਼ਿੰਦਗੀ ਨੂੰ ਇਹਦੀ ਜਿਹੜੀ ਗਹਿਰਾਈ ਹੈ ਉਹਦਾ ਮਕਸਦ ਉਹਦਾ ਮਤਲਬ ਅਸੀਂ ਇੱਕ ਪਾਸੇ ਛੱਡ ਕੇ ਪਤਾ ਨੀ ਕਿਉਂ ਇੱਦਾਂ ਕਰ ਰਹੇ ਹਾਂ। ਸਾਨੂੰ ਇੱਥੇ ਜਾਗਰੂਕ, ਹਰ ਬੰਦੇ ਇੱਕ ਇੱਕ ਬੰਦੇ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਨਹੀਂ ਇਕੱਲਾ ਅਨੁਸ਼ਾਸਨ ਅਪਣਾਊਂਗਾ ਤੇ ਦੂਜਾ ਨਹੀਂ ਅਪਣਾਏਗਾ ਤਾਂ ਉਹ ਮੇਰੇ ਲਈ ਖਤਰਾ ਹੈ। ਅਗਰ ਦੋਨੇ ਬੰਦੇ ਅਨੁਸ਼ਾਸਨ ਅਪਣਾਉਣਗੇ ਤੇ ਖਤਰਾ ਜਿਹੜਾ ਬਹੁਤ ਥੱਲੇ ਘੱਟ ਜਾਏਗਾ। ਠੀਕ ਹੈ ਜੀ, ਬਿਲਕੁਲ ਜੀ, ਕਿਤੇ ਨਾ ਕਿਤੇ ਹੈ ਦੂਰੀ ਹੀ ਇਸ ਤੋਂ ਬਚਾ ਹੈ ਤੇ ਨਾਲ ਸਭ ਤੋਂ ਵੱਡੀ ਗੱਲ ਹੈ ਜਿਹੜਾ ਸਾਨੂੰ ਮਾਸਕ ਹਰ ਵਕਤ ਆਪਣੇ ਘਰ ਤੋਂ ਬਾਹਰ ਜਾਂਦੇ ਹੋਏ ਤੱਕ ਬਿਲਕੁਲ ਭੀੜ ਭੜਕੇ ਦਾ ਮਤਲਬ ਤਾਂ ਇਹੀ ਹੈ ਨਾ ਵੀ 2 ਗਜ ਦੀ ਦੂਰੀ ਹੋਵੇ, ਠੀਕ ਹੈ ਨਾ ਸਰ। ਦੋ ਗਜ ਦੀ ਦੂਰੀ ਦੀ ਗੱਲ ਕੀਤੀ ਤੇ ਸਰ ਮੈਨੂੰ ਲੱਗਦਾ ਵੀ ਇਸ ਤੋਂ ਬਾਅਦ ਮੈਂ ਅਗਲੀ ਗੱਲਬਾਤ ਸ਼ੁਰੂ ਕਰਾਂ ਤੇ ਪਹਿਲਾਂ ਸਰ ਕੋਈ ਨਾ ਕੋਈ ਤੁਸੀਂ ਅੱਜ ਕਵਿਤਾ ਜਾਂ ਰਚਨਾ ਸੁਣਾਉਣੀ ਹੁੰਦੀ ਹੈ ਜੀ? ਨਵੀਂ ਨਵੀਂ ਰਚਨਾ ਪੰਜਾਬੀ ਚ ਸੁਣਾਵਾਂਗਾ। ਵਾਹ ਜੀ ਵਾਹ, ਕੀ ਬਾਤ, ਵੈਸੇ ਜਾਗਰੂਕਤਾ ਹੀ ਹੈ ਸਾਰੀ। ਪਿੰਡ ਪਿੰਡ ਅਲਖ ਜਗਾ ਦੋ, ਪਿੰਡ ਪਿੰਡ ਅਲਖ ਜਗਾ ਦੋ, ਸੁਨੇਹਾ ਹਰ ਬੰਦੇ ਤੱਕ ਪਹੁੰਚਾ ਦੋ, ਕੋਰੋਨਾ ਤੋਂ ਸਾਰੇ ਬਚ ਲੋ ਭਾਈ, ਇਕਜੁੱਟ ਹੋ ਕੇ ਲੜੋ ਲੜਾਈ। ਕੋਰੋਨਾ ਨਾ ਦੇਖੇ ਕੋਈ ਉਮਰ, ਕੋਰੋਨਾ ਨਾ ਦੇਖੇ ਕੋਈ ਉਮਰ, ਤੋੜੀ ਜਾਂਦਾ ਸਭ ਦੇ ਸਬਰ। ਸਰ ਇੱਕ ਮਿੰਟ ਜੀ, ਇੱਕ ਨਾ ਸਰੋਤਾ ਆਪਣੇ ਨਾਲ ਆ ਗਏ ਤੇ ਇਹਨਾਂ ਦੀ ਕਾਲ ਪਹਿਲਾਂ ਵੀ ਆਈ। ਹੈਲੋ, ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਡਾਕਟਰ ਨੀ, ਮੈਂ ਤੁਹਾਡੇ ਵਰਗਾ ਇੱਕ ਕਾਮਨ ਇਨਸਾਨ ਹੈ ਇਸ ਦੇਸ਼ ਦਾ। ਠੀਕ ਹੈ ਜੀ, ਮੇਰਾ ਫਰਜ਼ ਹੈ ਮਤਲਬ ਜਿਵੇਂ ਆਪਣੇ ਲੋਕਾਂ ਨੂੰ ਮਤਲਬ ਇਹ ਚੀਜ਼ ਹੈ ਵੀ ਜਿਹੜੇ ਪਰਿਵਾਰ ਦੇ ਵਿੱਚ ਜਾਂ ਜਿਹੜੇ ਘਰਾਂ ਦੇ ਵਿੱਚ ਤਾਂ ਕੋਰੋਨਾ ਕੋਈ ਮਰੀਜ਼ ਆ ਗਿਆ ਉਹਦੇ ਵਾਸਤੇ ਤਾਂ ਕੋਰੋਨਾ ਬਹੁਤ ਵੱਡੀ ਚੀਜ਼ ਹੈ ਸਾਰਿਆਂ ਵਾਸਤੇ। ਪਰ ਜਿਨ੍ਹਾਂ ਦੇ ਵਿੱਚ ਇਹ ਹੈ ਨਾ ਵੀ ਜਿਹੜੀਆਂ ਫੈਮਿਲੀਆਂ ਦੇ ਵਿੱਚ ਕੋਈ ਹੈ ਨੀ ਏਦਾਂ ਹਜਾ ਵੀ ਠੀਕ ਠਾਕ ਨੇ ਸਾਰਾ ਕੁਛ, ਕੁਛ ਹੱਦ ਤੱਕ ਇਹ ਨੀ ਲੱਗ ਰਿਹਾ ਵੀ ਆਪਣੇ ਇੰਡੀਆ ਦੇ ਵਿੱਚ ਵੀ ਉਹ ਚੀਜ਼ ਮਜ਼ਾਕ ਉੱਡ ਰਹੀ ਹੈਗੀ
ਵੀ ਨਹੀਂ ਇਹ ਸਰਕਾਰਾਂ ਕਰ ਰਹੀਆਂ ਨੇ ਜ਼ਿੰਦਗੀ ਨੂੰ, ਨਹੀਂ 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 ਜ਼ਿੰਦਗੀ ਨੂੰ ਮਜ਼ਾਕ ਨਾ ਸਮਝੋ, ਅਸੀਂ ਪੈਸੇ ਮਨ ਪੱਕੇ ਪੈਸੇ ਲਾ ਕੇ ਵੀ ਅਸੀਂ ਬੰਦੇ ਨੂੰ ਆਪਣੇ ਨੂੰ ਠੀਕ ਬਿਲਕੁਲ ਰਿਕਵਰ ਕਰਾ ਕੇ ਵਾਪਸ ਨਹੀਂ ਲਿਆ ਪਾ ਰਹੇ। ਇਹਦੀ ਜਿਹੜੀ ਗਹਿਰਾਈ ਹੈ, ਸੀਰੀਅਸਨੈਸ ਹੈ, ਇਹ ਸਾਡੇ ਸਭ ਨੂੰ ਸਮਝਣ ਦੀ ਲੋੜ ਹੈ, ਇੱਕ ਨੂੰ ਨਹੀਂ। ਹਾਂਜੀ ਹਾਂਜੀ ਹੁਣ ਮੈਂ ਦੱਸਦਾ ਜੀ, ਮਤਲਬ ਦੋ ਕੁ ਦਿਨ ਪਹਿਲਾਂ ਨਾ ਮੈਂ ਸ਼ਾਮ ਦੇ ਟਾਈਮ ਮੇਰੇ ਬੇਟਾ ਸੈਂਡੀ ਹੈਗਾ ਉਹਨੂੰ ਵੀਡੀਓ ਕਾਲ ਕੀਤੀ ਤੇ ਮੈਂ ਵੈਸੇ ਹੀ ਕੁਛ ਮੈਂ ਕਿਹਾ ਵੀ ਦਿਖਾ ਮੈਨੂੰ ਪਿੰਡ ਦਾ, ਮੈਂ ਬਾਹਰ ਜਾ ਕੇ ਨੇ ਮੈਂ ਮੈਨੂੰ ਮਾੜਾ ਮਾਹੌਲ ਦਿਖਾ ਵੀ ਕਿੱਦਾਂ ਕੀ ਲੋਕ ਕੁਛ ਛੋਟਾ ਮੋਟਾ ਵੀ ਹੈ ਉਹਨਾਂ ਤੇ ਅਸਰ ਜਾਂ ਨਹੀਂ ਹੈ। ਉਹ ਕਹਿੰਦਾ ਚਲੋ ਠੀਕ ਹੈ ਕਹਿੰਦਾ ਪਾਪਾ ਮੈਂ ਦਿਖਾਉਣਾ। ਤੇ ਉਹ ਘਰ ਦੇ ਬਾਹਰ ਜਾ ਕੇ ਜਦੋਂ ਉਹਨੇ ਦਿਖਾਇਆ ਨਾ ਜੀ ਮੇਰੇ ਮਤਲਬ ਘਰ ਦੇ ਬਾਹਰਲੀ ਸਾਈਡ ਤੇ ਇੱਕ ਜਿਵੇਂ ਪਿੰਡਾਂ ਦੇ ਵਿੱਚ ਹੁੰਦਾ ਨਾ ਬੈਠਣ ਵਾਸਤੇ ਥੜੇ ਜੇ ਨੀ ਬਣਾਏ ਹੁੰਦੇ, ਹਾਂਜੀ ਹਾਂਜੀ, ਤੇ ਓਦਾਂ ਇੱਕ ਥੜਾ ਜਿਹਾ ਬਣਾਇਆ ਹੋਇਆ ਉਹਦੇ ਉੱਪਰ ਨਾ ਬੈਠੇ ਜੀ ਘੱਟੋ ਘੱਟ 20-22 ਜਾਣੇ ਏਦਾਂ ਬੈਠੇ, ਮਤਲਬ ਤਾਸ਼ ਤੂਸ਼ ਖੇਡ ਰਹੇ ਗੱਲਾਂ ਕਰ ਰਹੇ ਚੰਗੇ। ਮੈਨੂੰ ਇਹ ਦੱਸੋ ਵੀ ਉਹਨਾਂ ਲੋਕਾਂ ਨੂੰ ਕਿਉਂ ਨੀ ਜਾਂ ਪ੍ਰਸ਼ਾਸਨ ਨੂੰ ਨੀ ਉਹ ਦਿਖ ਰਹੇ ਵੀ ਲੋਕਾਂ ਏਦਾਂ ਬੈਠ ਰਹੇ ਨੇ ਜਾਂ ਮਤਲਬ ਕੁਛ ਵੀ ਹੋ ਰਿਹਾ। ਪਿੰਡ ਚ ਤਕਰੀਬਨ ਇੱਕ ਹਫ਼ਤੇ ਤੋਂ ਜਿਹੜੀ ਜਾਗਰੂਕਤਾ ਦਾ ਰੁਝਾਨ ਪਿੰਡਾਂ ਚ ਬਹੁਤ ਵਧਿਆ, ਬਿਲਕੁਲ ਤੁਸੀਂ ਵੀ ਮਹਿਸੂਸ ਕਰੋਗੇ। ਹੁਣ ਤੁਸੀਂ ਦੇਖੋ ਮੈਨੂੰ ਸੁਣਿਆ ਤਾਂ ਮੈਂ ਬੇਨਤੀ ਕਰਾਂਗਾ ਤੁਸੀਂ ਆਪਣੇ ਪਰਿਵਾਰ ਨਾਲ ਜੋ ਸੁਣਿਆ ਨਾ ਇੰਨੀ ਗੱਲ ਜ਼ਰੂਰ ਕਰੋ, ਮਾਸਕ ਜ਼ਰੂਰ ਹੋਣਾ ਚਾਹੀਦਾ, ਦੋ ਗਜ਼ ਦੀ ਦੂਰੀ ਹੋਣੀ ਚਾਹੀਦੀ ਹੈ, ਹੱਥ ਸਾਬਣ ਨਾਲ ਧੋਣੇ ਬਹੁਤ ਜ਼ਰੂਰੀ ਹੈ, ਸੈਨੇਟਾਈਜ਼ਰ ਨਾਲ ਜ਼ਰੂਰੀ, ਸਾਬਣ ਜਾਂ ਸੈਨੇਟਾਈਜ਼ਰ, ਇਹ ਸਾਡੇ ਹਿੱਤ ਦੀ ਗੱਲ ਹੈ ਜੀ। ਮੈਂ ਤਾਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਤੁਸੀਂ ਮਾਸਕ ਲਾਇਆ ਤੇ ਮੈਂ ਮਾਸਕ ਨਹੀਂ ਲਾਇਆ ਤੇ ਫਿਰ ਤੁਹਾਡੇ ਵਾਸਤੇ ਖਤਰਾ ਹੈ, ਤੁਹਾਡੇ ਵਾਸਤੇ ਮੈਂ ਇੱਕ ਕੀ ਹਾਂ ਖਤਰਾ ਬਣ ਗਿਆ। ਸਾਡੇ ਦੋਨਾਂ ਲਈ ਮਾਸਕ ਹੋਣਾ ਚਾਹੀਦਾ, ਸਹੀ ਹੈ, ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਨਾ ਸਾਡੇ ਮਾਸਕ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਸਾਰੇ ਬਚ ਸਕੀਏ। ਜਿਹੜੇ ਪਾਲਣਾ ਨਹੀਂ ਕਰ ਰਹੇ ਉਹ ਖਤਰਾ ਹੀ ਹੈ ਸਾਰਿਆਂ ਵਾਸਤੇ। ਬਾਕੀ ਤੁਸੀਂ ਕਿਹਾ ਸੀ ਜੀ ਪਰਿਵਾਰ ਦਾ, ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਤੇ ਤੁਸੀਂ ਕਿਹਾ ਸੀ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਜੀ, ਤੇ ਮੇਰੇ ਮਤਲਬ ਇੱਕ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਬਹੁਤ ਜ਼ਿਆਦਾ ਨੇੜੇ ਦੇ, ਤੇ ਉੱਥੋਂ ਮੇਰੇ ਮਤਲਬ ਰਿਸ਼ਤੇਦਾਰੀ ਦੇ ਵਿੱਚ ਕੋਰੋਨਾ ਹੋ ਗਿਆ। ਤੁਸੀਂ ਇਹ ਦੇਖ ਲਓ ਜੀ ਮਤਲਬ ਜੇ ਕੋਰੋਨਾ ਹੋ ਜਾਏ ਨਾ ਪਰਿਵਾਰ ਦੇ ਏਦਾਂ ਦੇ ਮਾਹੌਲ ਹੋਇਆ ਪਿਆ, ਏਦਾਂ ਦਾ ਮਤਲਬ ਟਾਈਮ ਆਇਆ ਪਿਆ ਕਿ ਉਹਨੂੰ ਕੋਲ ਵੀ ਇਹਦੇ ਕੋਈ ਜਾਂਦਾ ਨੀ ਹੈਗਾ, ਪਰ ਉਸ ਪਰਿਵਾਰ ਦੀ ਮੈਂ ਤੁਹਾਨੂੰ ਗੱਲ ਆਪਦੇ ਮਤਲਬ ਸਾਰਾ ਕੁਛ ਅੱਖੀ ਦੇਖਣ ਦੀ ਗੱਲ ਕਹਿ ਰਿਹਾ, ਜਿਹੜੀ ਮਤਲਬ ਸਾਡੀ ਰਿਸ਼ਤੇਦਾਰੀ ਚ ਉਹ ਕੁੜੀ ਹੈਗੀ ਉਹਨੇ ਬਾਕੀ ਸਾਰਾ ਪਰਿਵਾਰ ਮਤਲਬ ਅਲੱਗ ਕਰਤਾ ਜੀ, ਉਹ ਮੀਆਂ ਬੀਬੀ ਨੇ ਮਤਲਬ ਇੱਕ ਦੂਜੇ ਦਾ ਇੰਨਾ ਜ਼ਿਆਦਾ ਸਾਥ ਉਹਨੇ ਉਹਦੀ ਇੰਨੀ ਜ਼ਿਆਦਾ ਕੇਅਰ ਕੀਤੀ ਨਾ ਆਪਦੇ ਹਸਬੈਂਡ ਦੀ ਹੱਦ ਤੋਂ ਹੀ ਜ਼ਿਆਦਾ। ਕੋਰੋਨਾ ਹਰਾਤਾ ਨਾ ਉਹਨਾਂ ਨੇ, ਪਰ ਕੋਰੋਨਾ ਹਰਾਤਾ ਜੀ। ਅੱਜ ਤੁਸੀਂ ਦੇਖ ਲਓ ਹੁਣ ਮੈਂ ਅੱਜ ਵੀ ਗੱਲ ਕੀਤੀ ਕੱਲ ਵੀ ਕੀਤੀ, ਹੁਣ ਉਹ ਉਹਨਾਂ ਦੀ ਰਿਪੋਰਟ ਆ ਗਈ ਨੈਗੇਟਿਵ ਰਿਪੋਰਟ ਆ, ਬਹੁਤ ਵਧੀਆ ਸਾਰਾ ਕੁਛ ਗੱਲਬਾਤ ਵੀ ਕੀਤੀ ਹੈਗੀ, ਤੇ ਉਹਨੇ ਅੱਜ ਮੈਨੂੰ ਇੱਕੋ ਹੀ ਗੱਲ ਕਹੀ ਕਹਿੰਦੇ ਵੀ ਜੇ ਸਾਨੂੰ ਕਹਿੰਦੇ ਮੇਰਾ ਨਾਂ ਸਾਥ ਦਿੰਦੀ ਤਾਂ ਸ਼ਾਇਦ ਮੈਂ ਅੱਜ ਨਾ ਹੁੰਦਾ। ਹਾਂ ਉਹ ਸਹੀ ਕਹਿ ਰਹੇ, ਦੇਖੋ ਨਾ ਮਨੋਬਲ ਵਧਣਾ ਜ਼ਰੂਰੀ ਹੈ, ਅਗਰ ਅਸੀਂ ਮਰੀਜ਼ ਨੂੰ ਇਕੱਲਾ ਇੱਕ ਕਮਰੇ ਚ ਹੀ ਬੰਦ ਕਰ ਦੇਣਗੇ ਉਹਨੂੰ ਕੋਈ ਮਿਲੇਗਾ ਨੀ ਗੱਲ ਨੀ ਕਰੇਗਾ, ਜੋ ਇਕੱਲਾ ਛੱਤ ਤੇ ਪੱਖਾ ਠੀਕ ਹੈ ਨਾ। ਹਾਂਜੀ ਮੈਂ ਤਾਂ ਇਹ ਕਹਿੰਦਾ ਵੀ ਏਦਾਂ ਦੀ ਗੱਲ ਆਈਸੋਲੇਸ਼ਨ ਚ ਕਰੇ ਹੈ ਉਹਦੇ ਵਾਸਤੇ ਮਿਊਜ਼ਿਕ ਚੰਗੀ ਹੈਗਾ, ਉਹਦੇ ਵਾਸਤੇ ਕੋਈ ਐਕਸਰਸਾਈਜ਼ ਬੈਡ ਤੇ ਬੈਠੇ ਕਰਨ ਦੀ ਜ਼ਰੂਰਤ ਹੈ, ਉਹਦਾ ਮਨੋਬਲ ਬਹੁਤ ਉੱਚਾ ਹੋਣਾ ਚਾਹੀਦਾ। ਇੱਕ ਬੰਦਾ ਉਹ ਡਾਕਟਰ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਬਿਲਕੁਲ ਆਪਣਾ ਇੱਕ ਪੂਰੀ ਕਿੱਟ ਯੂਜ਼ ਕਰੇ, ਪਾ ਕੇ ਜਾਵੇ, ਖਾਣਾ ਖੁਣਾ ਰੱਖ ਕੇ ਆਵੇ, ਗੱਲਬਾਤ ਕਰੇ। ਦੇਖੋ ਨਾ ਆਪਾਂ ਬਾਹਰ ਬੈਠ ਜਾ, ਆਪਾਂ ਬਰਾਮਦੇ ਚ ਬਹਿ ਸਕਦੀ, ਮਰੀਜ਼ ਕਮਰੇ ਚ ਹੈ, ਦਰਵਾਜੇ ਖੁੱਲੇ ਆ, ਖਿੜਕੀਆਂ ਖੁੱਲੀਆਂ, ਅਸੀਂ ਉਹਦੇ ਨਾਲ ਗੱਲ ਕਰੀਏ। ਐਂਡ ਹੋ ਸਕਦਾ ਦੇਖੋ ਪਰਿਵਾਰ ਦਾ ਕਿੱਡਾ ਵੱਡਾ ਹਿੱਸਾ ਹੈ, ਹਰ ਵਕਤ ਪਰਿਵਾਰਿਕ ਮੈਂਬਰ ਹੀ ਕਿਤੇ ਨਾ ਕਿਤੇ ਆਪਣੇ ਨਾਲ ਖੜਦੇ ਨੇ, ਤੇ ਉਸ ਜਿਸ ਬੰਦੇ ਨੂੰ ਮਰੀਜ਼ ਹੁੰਦਾ ਉਸ ਨੂੰ ਸਾਨੂੰ ਕਿਤੇ ਨਾ ਕਿਤੇ ਉਸ ਦੀ ਸੋਚ ਬਦਲਣ ਵਾਸਤੇ ਉਸ ਅਕੋਰਡਿੰਗ ਹਰ ਇੱਕ ਚੀਜ਼ ਪ੍ਰੋਵਾਈਡ ਕਰਨੀ ਚਾਹੀਦੀ ਹੈ, ਭਾਵੇਂ ਉਹਨੂੰ ਕੋਈ ਕਮੇਡੀਅਨ ਹੈ ਹਾਸੀ ਮਜ਼ਾਕ ਵਾਲਾ ਕੋਈ ਟੀਵੀ ਦੇ ਉੱਤੇ ਐਸਾ ਪ੍ਰੋਗਰਾਮ ਲਗਾ ਕੇ ਦਿੱਤਾ ਜਾਵੇ ਤਾਂ ਜੋ ਆਪਣੀ ਸੋਚ ਨੂੰ ਉਸ ਪਾਸੇ ਲੈ ਜਾਵੇ। ਬਿਲਕੁਲ ਗੁਰਜੀਤ ਜੀ ਪ੍ਰੋਗਰਾਮ ਕਰੋ, ਠੀਕ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ, ਪ੍ਰੋਗਰਾਮ ਤੁਸੀਂ ਲਿਆਉਂਦੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਧੰਨਵਾਦ ਜੀ ਤੁਹਾਡਾ, ਥੈਂਕ ਯੂ। ਹਾਂਜੀ ਸਰ, ਸਰ ਕਵਿਤਾ ਜੀ ਦੁਬਾਰ ਤੋਂ ਸ਼ੁਰੂ ਕਰੋ ਜੀ, ਸ਼ੁਰੂ ਹਾਂ ਦੁਬਾਰਾ ਹੀ ਕਰਨੀ ਪੈਣੀ, ਉਹਨਾਂ ਦੇ ਵਡਮੁੱਲੇ ਵਿਚਾਰ ਸੀ ਬੜੇ। ਹਾਂਜੀ ਹਾਂਜੀ, ਪਿੰਡ ਪਿੰਡ ਅਲਖ ਜਗਾ ਦੋ, ਸੁਨੇਹਾ ਹਰ ਬੰਦੇ ਤੱਕ ਪਹੁੰਚਾ ਦੋ,
ਕੋਰੋਨਾ ਤੋਂ ਸਾਰੇ ਬਚਣੋ ਭਾਈ, ਇੱਕ ਜੁੱਟ ਹੋ ਕੇ ਲੜੋ ਲੜਾਈ। ਕੋਰੋਨਾ ਨਾ ਦੇਖੇ ਕੋਈ ਉਮਰ, ਤੋੜੀ ਜਾਂਦਾ ਸਭ ਦੇ ਸਬਰ, ਹਰ ਪਾਸਿਓਂ ਮਿਲ ਰਹੀ ਭੈੜੀ ਖਬਰ, ਇਸ ਦੇ ਫੈਲਾਅ ਤੇ ਰੱਖੋ ਕੜੀ ਨਜ਼ਰ। ਅਸੀਂ ਪੈਸੇ ਚੁੱਕੀ ਫਿਰਦੇ, ਜ਼ਰੂਰੀ ਦਵਾਈਆਂ ਲੱਭਦੇ ਫਿਰਦੇ, ਉੱਚੇ ਭਾਅ ਦਵਾਈਆਂ ਦੇ ਹੋਏ, ਚੰਗੇ ਬੰਦੇ ਕਿੱਥੇ ਜਾ ਸੋਏ। ਅਸੀਂ ਵੀ ਕੀਤੀ ਲਾਪਰਵਾਹੀ, ਟੀਕੇ ਦੀ ਨਾ ਡੋਜ਼ ਲਵਾਈ, ਇਹ ਟੀਕਾ ਸਾਡੀ ਰੱਖਿਆ ਕਰਦਾ, ਕੋਰੋਨਾ ਨਾਲ ਪੁਰਜ਼ੋਰ ਹੀ ਲੜਦਾ। ਮਾਸਕ ਦਾ ਕਦੇ ਸਾਥ ਨਾ ਛੱਡਿਓ, ਭੀੜ ਭਾੜ ਵਿੱਚ ਜਾਣ ਤੋਂ ਬਚਿਓ, ਸਾਬਣ ਨਾਲ ਹੱਥ ਧੋਣੇ ਭਾਈ। ਸਾਡੀ ਹਰ ਕੋਸ਼ਿਸ਼ ਵਿੱਚ ਰੱਬਾ ਬਣ ਸਹਾਈ। ਬਿਲਕੁਲ ਜੀ, ਮੈਂ ਕਿਤੇ ਨਾ ਕਿਤੇ ਬਹੁਤ ਸਰ ਬਹੁਤ ਹੀ ਵਧੀਆ ਕਵਿਤਾ, ਉਹ ਵੀ ਪੰਜਾਬੀ ਦੇ ਵਿੱਚ। ਅੱਜ ਮੈਨੂੰ ਲੱਗਦਾ ਤੁਸੀਂ ਰੇਡੀਓ ਚੈਨਬਰ ਦੇ ਸਿੱਧੇ ਤੇ ਪਹਿਲੀ ਵਾਰੀ ਕਵਿਤਾ ਜਿਹੜੀ ਹੈ ਰਚਨਾ ਉਹ ਪੰਜਾਬੀ ਦੇ ਵਿੱਚ। ਪੰਜਾਬੀ ਬਿਲਕੁਲ ਜੀ, ਕਹਿੰਦੇ ਨੇ ਕਿਤੇ ਨਾ ਕਿਤੇ ਦੇਖੋ ਇਸ ਕਵਿਤਾ ਦੇ ਵਿੱਚ ਵੀ ਸਾਨੂੰ ਅਰਦਾਸ ਦਿਖਦੀ ਹੈ ਵੀ ਕਿਤੇ ਨਾ ਕਿਤੇ ਅਸੀਂ ਕੁੱਲ ਦੁਨੀਆਂ ਵਾਸਤੇ ਅਰਦਾਸ ਜ਼ਰੂਰ ਕਰੀਏ। ਬਿਲਕੁਲ ਸਭ ਅਰਦਾਸ ਕਰੀਏ ਅਸੀਂ ਇੱਕ ਦੂਜੇ ਵਾਸਤੇ, ਪਰਮਾਤਮਾ ਨੂੰ ਸਿਰ ਝੁਕਾ ਕੇ ਨਿਉ ਕੇ ਬੇਨਤੀ ਕਰੀਏ। ਵੇਲਾ ਔਖਾ ਤੇ ਸਾਡੇ ਤੇ ਮਿਹਰ ਦਾ ਹੱਥ ਰੱਖੇ, ਅਸੀਂ ਇਸ ਭੈੜੇ ਵੇਲੇ ਤੋਂ ਬਾਹਰ ਆ ਜਾਈਏ। ਤੇ ਬਿਲਕੁਲ ਸਰ, ਕਹਿੰਦੇ ਨੇ ਜਦੋਂ ਸਮਾਂ ਔਖਾ ਚੱਲ ਰਿਹਾ ਜੀ, ਫਿਰ ਕਿਤੇ ਨਾ ਕਿਤੇ ਕੁਛ ਲੋਕਾਂ ਨੂੰ ਪੈਸੇ ਦੀ ਹੋੜ ਨੀ ਲੱਗੀ ਪਈ ਜੀ, ਲੁੱਟੀ ਜਾ ਰਹੇ ਨੇ ਕਿਤੇ ਨਾ ਕਿਤੇ। ਮੈਨੂੰ ਸਮਝ ਨੀ ਆਉਂਦੀ, ਜਿਹੜੇ ਲੁੱਟ ਰਹੇ ਨੇ ਉਹਨਾਂ ਨੇ ਨਾਲ ਲਿਜਾਣੇ ਆ, ਕੋਈ ਲੱਗਿਆ ਇੱਥੋਂ ਕੁਛ ਨਾਲ? ਸਰ ਸਿਕੰਦਰ ਖਾਲੀ ਹੱਥ ਹੀ ਗਿਆ ਸੀ। ਫੇਰ ਆਪਾਂ ਉਦਾਹਰਨ ਸਿਕੰਦਰ ਦੀ ਦਿੰਦੇ ਆ ਨਾ, ਦੁਨੀਆਂ ਦਾ ਵਜੇਤਾ ਕਹਿੰਦੇ ਆ, ਕੋਈ ਪੈਸਾ ਲੈ ਕੇ ਗਿਆ, ਕੰਨ ਭਰ ਨੀ ਇੱਥੋਂ ਲੈ ਕੇ ਜਾ ਸਕਦਾ। ਇਹ ਬਹੁਤ ਜ਼ਰੂਰੀ ਹੈ, ਪੈਸਾ ਜ਼ਰੂਰੀ ਨਹੀਂ, ਅੱਜ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਹੈ, ਔਰ ਅੱਜ ਮਿੱਤਰਾਂ ਦਾ ਸਾਥ ਬਹੁਤ ਜ਼ਰੂਰੀ ਹੈ, ਔਰ ਜਿਹੜੀਆਂ ਗਾਈਡਲਾਈਨਸ ਨੇ ਸਾਡੀਆਂ ਸਰਕਾਰ ਦੀਆਂ, ਪਰਹੇਜ਼ ਹੈ, ਇਹ ਵੀ ਇਹਨਾਂ ਨੂੰ ਅਪਣਾਉਣਾ ਵੀ ਸਭ ਤੋਂ ਜ਼ਰੂਰੀ ਹੈ। ਤੇ ਸਰ ਇੱਕ ਹੋਰ ਗੱਲ ਜੀ, ਹਰ ਪਾਸੇ ਦੇਖੋ ਸਰਕਾਰ ਵੱਲੋਂ ਹੈ ਪੂਰੀ ਜ਼ੋਰ ਹਦਾਇਤ ਦੇ ਮੁਤਾਬਕ ਲੋਕਡਾਊਨ ਲੱਗਿਆ ਹੋਇਆ, ਤੇ ਲੋਕਡਾਊਨ ਲੋਕ ਉਸ ਲੋਕਡਾਊਨ ਦੀ ਕਿੰਨੀ ਕੁ ਪਾਲਣਾ ਕਰਦੇ ਨੇ ਤੁਹਾਨੂੰ ਲੱਗਦਾ? ਨਹੀਂ, ਕਰਨਾ ਚਾਹੀਦਾ। ਤੁਸੀਂ ਦੇਖੋ ਫਿਰ ਪਾਲਣਾ ਨਹੀਂ ਹੋਏਗੀ ਨਾ ਤਾਂ ਸਮੱਸਿਆ ਵਧੇਗੀ। ਹੁਣ ਤੁਸੀਂ ਦੇਖੋ ਫੰਗਸ ਆ ਗਿਆ ਨਾ, ਇੱਕ ਬਲੈਕ ਫੰਗਸ, ਬਿਲਕੁਲ ਜੀ ਆ ਗਿਆ ਨਾ, ਹਾਂਜੀ ਟੀਕਾ ਹੀ ਹੈ ਨੀ ਉਹਦਾ। ਔਰ ਇੱਕ ਪੇਸ਼ੈਂਟ ਨੂੰ 15-20 ਦਿਨ ਲਗਾਤਾਰ ਇੱਕ ਟੀਕਾ ਸਵੇਰੇ ਇੱਕ ਸ਼ਾਮ ਨੂੰ ਲੱਗਣਾ, ਯਾਨੀ ਇੱਕ ਮਰੀਜ਼ ਕੋਈ ਬਲੈਕ ਫੰਗਸ ਦਾ ਆ ਜੇ, ਅੱਛਾ ਜੀ, ਘੱਟੋ ਘੱਟ 40 ਟੀਕੇ ਤਾਂ ਹੋ ਗਏ ਨਾ ਪੱਕੇ ਉਹਦੇ, ਹਾਂਜੀ, ਤੇ ਟੀਕਾ ਅਵੇਲੇਬਲ ਹੀ ਨਹੀਂ ਹੈ। ਓਹੋ, ਉਹਦੀ ਵੀ ਸਰ ਯਾਨੀ ਕਿ ਬਲੈਕ ਮੇਲ ਹੋਣੀ ਸ਼ੁਰੂ ਕਰਤੀ? ਨਹੀਂ ਜੀ, ਟੀਕਾ ਹੀ ਹੈ ਨੀ, ਬਲੈਕ ਬਲੂਕ ਦੀਆਂ ਗੱਲਾਂ ਛੱਡੋ। ਅੱਛਾ ਜੀ, ਹਾਂ ਉਹਦਾ ਹਜੇ ਟੀਕਾ ਹੀ ਨਹੀਂ, ਠੀਕ ਹੈ, ਪ੍ਰੋਡਕਸ਼ਨ ਨਹੀਂ ਸੀ ਨਾ ਜੀ, ਹੁੰਦਾ ਸੀ ਕਿਤੇ ਕੋਈ 200-400 ਚ ਜਾਂ 200 ਚ ਲਾ ਲਓ ਵੀ ਇੱਕ ਕੋਈ ਏਦਾਂ ਦਾ ਆ ਗਿਆ ਬਲੈਕ ਫੰਗਸ ਦਾ ਕੇਸ, ਉਹਨਾਂ ਕੋਲ ਸਟਾਕ ਹੁੰਦਾ ਸੀਗਾ। ਹਾਂਜੀ, ਹੁਣ ਤਾਂ ਮੰਨ ਲਓ ਇੱਕ ਬਲੈਕ ਫੰਗਸ ਦਾ ਕੇਸ ਹੈ, ਠੀਕ ਹੈ, 40 ਟੀਕੇ ਤਾਂ ਉਹਨੂੰ ਚਾਹੀਦੇ ਇਕੱਲੇ ਨੂੰ। ਹਾਂਜੀ ਹਾਂਜੀ, 20 ਦਿਨ ਟੀਕਾ ਲੱਗਣਾ, ਇੱਕ ਸਵੇਰੇ ਇੱਕ ਸ਼ਾਮ, ਠੀਕ ਹੈ ਜੀ, ਤਾਂ ਫਿਰ ਮੁੜ ਕੇ ਵਾਪਸ ਆਉਣਾ ਮੈਂ ਲਾਈਫ ਸਟਾਈਲ ਤੇ। ਹਾਂਜੀ, ਸਾਨੂੰ ਸਾਡਾ ਲਾਈਫ ਸਟਾਈਲ ਜਿਹੜਾ ਇਹਦੇ ਤੇ ਬਹੁਤ ਕੰਟਰੋਲ ਕਰਨ ਦੀ ਲੋੜ ਹੈ, ਇਹਦੇ ਚ ਪਿੱਛੇ ਮੁੜਨ ਦੀ ਲੋੜ ਹੈ, ਸਾਫ਼ ਸੁਥਰਾ ਸਾਨੂੰ ਲਾਈਫ ਸਟਾਈਲ ਬਣਾਉਣ ਦੀ ਲੋੜ ਹੈ, ਉਹਨੂੰ ਮਾਨਣ ਦੀ ਲੋੜ ਹੈ, ਬਚਾਂਗੇ ਤਾਂ ਹੀ, ਠੀਕ ਹੈ। ਔਰ ਜੀਵਨ ਦੇ ਵਿੱਚ ਐਕਸਰਸਾਈਜ਼, ਹਾਂਜੀ, ਐਕਸਰਸਾਈਜ਼ ਨੇ ਇਮਿਊਨਿਟੀ ਬਣਾਉਣੀ ਹੈ, ਖਾਣ ਪਾਣ ਜਿੰਨਾ ਸਾਫ਼ ਸੁਥਰਾ ਉਹਦੇ ਨਾਲ ਅੱਛੀ ਇਮਿਊਨਿਟੀ ਬਣੇਗੀ। ਦੇਖੋ ਨਾ, ਸਰਕਾਰ ਇੱਕ ਪੂਰਾ ਡਾਇਟ ਚਾਰਟ ਵੀ ਦਿੰਦੀ ਹੈ, ਡਾਕਟਰ ਗਾਈਡ ਕਰਦੇ ਆ, ਸਰਕਾਰ ਬਲੈਕ ਫੰਗਸ ਦੇ ਟੀਕੇ ਦੇ ਉੱਤੇ ਵੀ ਤਿਆਰੀ ਚੱਲ ਰਹੀ ਹੈ। ਪਹਿਲਾਂ ਇੱਕ ਸਰੋਤਾ ਤਲਵਿੰਦਰ ਜੀ ਨੇ ਆਪਾਂ ਨੂੰ ਕਿਹਾ ਸੀ ਵੀ ਮੈਂ ਆਪਣੀ ਖੁਰਾਕ ਦਾ ਵੀ ਧਿਆਨ ਰੱਖਿਆ ਤੇ ਘਰੇਲੂ ਜਿਹੜੇ ਘਰ ਦੇ ਨੁਸਖੇ ਜਾਂ ਘਰੇਲੂ ਖਾਣਾ ਸੀਗਾ ਉਸ ਨੂੰ ਅਹਿਮੀਅਤ ਦਿੱਤੀ। ਜੀ 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 ਜੀ, ਔਰ ਤੁਸੀਂ ਇਹ ਦੇਖੋ ਸਰਕਾਰ ਨੇ ਹੁਣ ਪਿੱਛੇ ਮਨਜ਼ੂਰੀ ਦਿੱਤੀ ਹੈ 2 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਉੱਤੇ ਇਹਦਾ ਟ੍ਰਾਇਲ ਸ਼ੁਰੂ ਹੋ ਰਿਹਾ। ਅੱਛਾ ਜੀ, ਟੀਕੇ ਦਾ, ਠੀਕ ਹੈ, ਇਸ ਦੇ ਅੰਦਰ
ਇੱਕ ਏਮਸ ਦਿੱਲੀ, ਏਮਸ ਪਟਨਾ ਔਰ ਨਾਗਪੁਰ, ਇੱਕ ਬਹੁਤ ਵੱਡਾ ਹੋਸਪਿਟਲ ਉੱਥੇ ਮੇਰੇ ਕੋਲ ਤਿੰਨ ਪਾਸ ਹੋਏ ਹੈ। ਇੱਥੇ ਟ੍ਰਾਇਲ ਬੱਚਿਆਂ ਦੇ ਚੱਲਣਾ 2 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਤੱਕ। ਤੇ ਸਰ ਇੱਕ ਹੋਰ ਦੁਬਿਧਾ ਬਣੀ ਹੋਈ ਸੀਗੀ ਪ੍ਰੈਗਨੈਂਟ ਲੇਡੀਜ਼ ਦੀ, ਉਹਨਾਂ ਨੂੰ ਵੈਕਸੀਨੇਸ਼ਨ ਲੱਗੂਗੀ ਜਾਂ ਨਹੀਂ ਜੀ ਅਜੇ? ਹਾਂਜੀ, ਜਿਹੜੀ ਲੇਡੀਜ਼ ਪ੍ਰੈਗਨੈਂਟ ਸੀਗੀਆਂ ਉਹਨਾਂ ਨੂੰ ਇੰਜੈਕਸ਼ਨ ਲੱਗਣਾ ਜਾਂ ਨਹੀਂ ਲੱਗਣਾ ਜੀ? ਉਹ ਡਾਕਟਰ ਦੀ ਕੰਸਲਟੇਸ਼ਨ ਤੋਂ ਬਿਨਾਂ ਨਹੀਂ ਲੱਗਣਾ, ਲੱਗਣਾ ਜ਼ਰੂਰ ਹੈ। ਅੱਛਾ ਅੱਛਾ, ਹਾਂ। ਇੱਕ ਇੱਥੇ ਹੋਰ ਗੱਲ ਦੇਖੋ ਤੁਸੀਂ, ਇੱਕ ਗੱਲ ਹੋਰ ਨੋਟ ਕਰ ਲਓ, ਸਰੋਤਿਆਂ ਤੱਕ ਮੈਂ ਪਹੁੰਚਾਉਣਾ ਚਾਹੁੰਦਾ। ਹਾਂਜੀ, ਅਗਰ ਮੰਨ ਲਓ ਕੋਈ ਕੋਰੋਨਾ ਪੇਸ਼ੈਂਟ ਹੈ ਅੱਜ, ਹਾਂਜੀ, ਉਹ ਠੀਕ ਹੋ ਗਿਆ, ਠੀਕ ਹੈ ਜੀ, ਤਾਂ 3 ਮਹੀਨੇ ਬਾਅਦ ਉਹਦੇ ਟੀਕਾ ਲੱਗਣਾ ਕੋਰੋਨਾ ਦਾ। ਬਿਲਕੁਲ ਜੀ, ਇਹ ਬਹੁਤ ਵੱਡੀ ਗੱਲ ਹੈ ਵੀ ਕਈ ਵਾਰੀ ਇਨਸਾਨ ਨੂੰ ਪਤਾ ਨਹੀਂ ਹੁੰਦਾ ਵੀ ਉਹ ਬਿਮਾਰ ਹੋਣ ਤੋਂ ਬਾਅਦ ਇੰਜੈਕਸ਼ਨ ਲਗਵਾਉਣ ਚਲੇ ਜਾਵੇ। ਤੇ ਇਹ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਹੈ ਜੀ ਵੀ ਜੇਕਰ ਤੁਸੀਂ ਵੀ ਕਿਸੇ ਵੀ ਕੋਵਿਡ ਪੇਸ਼ੈਂਟ ਨੂੰ ਜਾਣਦੇ ਹੋ ਤਾਂ ਉਸ ਨੂੰ ਇਹ ਮੈਸੇਜ ਜਾਂ ਪੂਰੀ ਸਮਾਜ ਨੂੰ ਇਹ ਮੈਸੇਜ ਜ਼ਰੂਰ ਦਿਓ ਵੀ ਜਿਸ ਬੰਦੇ ਨੂੰ ਕੋਵਿਡ ਹੋ ਚੁੱਕਿਆ ਉਸ ਨੂੰ ਘੱਟ ਤੋਂ ਘੱਟ 3 ਮਹੀਨਿਆਂ ਬਾਅਦ ਉਹ ਵੈਕਸੀਨੇਸ਼ਨ ਮਿਲਣੀ ਹੈ, ਉਸ ਕੰਮ 3 ਮਹੀਨਿਆਂ ਬਾਅਦ ਕਰੂ। ਇਹ ਗੁਰਜੀਤ ਜੀ, ਸਰਕਾਰ ਦੀ ਨਵੀਂ ਗਾਈਡਲਾਈਨ ਆ ਚੁੱਕੀ ਹੈ। ਅੱਛਾ ਜੀ, ਹਾਂਜੀ ਹਾਂਜੀ, ਮੈਡੀਕਲ ਸਿਸਟਮ ਬਹੁਤ ਅੱਛਾ ਕੰਮ ਕਰ ਰਿਹਾ, ਬਹੁਤ ਕੁਛ ਕਰ ਰਿਹਾ। ਤੁਸੀਂ ਦੇਖੋ ਕੋਰੋਨਾ ਪੇਸ਼ੈਂਟ ਦੇ ਵਿੱਚ ਡਾਕਟਰਾਂ ਦਾ ਰਹਿਣਾ, ਨਰਸਾਂ ਦਾ ਰਹਿਣਾ, ਨਰਸਿੰਗ ਸਟਾਫ ਦਾ ਰਹਿਣਾ, ਇਹ ਸੌਖਾ ਕੰਮ ਥੋੜੀ ਹੈ। ਤੇ ਸਰ ਸਮਾਂ ਆਪਣੇ ਕੋਲੇ ਸੀਮਿਤ ਰਹੇਗਾ ਜੀ, ਇੱਕ ਤਾਂ ਤੁਸੀਂ ਸਰ ਆਪਣਾ ਮੋਬਾਈਲ ਨੰਬਰ ਤੇ ਜਾਂਦੇ ਜਾਂਦੇ ਸੁਨੇਹਾ ਜੀ। ਸੁਨੇਹਾ ਤਾਂ ਮੈਂ ਇਹੀ ਦਊਂਗਾ, ਮਾਸਕ ਜ਼ਰੂਰੀ ਹੈ, 2 ਗਜ਼ ਦੀ ਜਿਹੜੀ ਡਿਸਟੈਂਸ ਹੈ ਉਹ ਬਹੁਤ ਜ਼ਰੂਰੀ ਹੈ, ਸਾਬਣ ਨਾਲ ਹੱਥ ਧੋਣਾ ਜ਼ਰੂਰੀ ਹੈ, ਖੁਰਾਕ ਸਾਫ਼ ਸੁਥਰੀ ਖਾਓ, ਬਾਜ਼ਾਰ ਦੀਆਂ ਰੇਹੜੀਆਂ ਦੀਆਂ ਚੀਜ਼ਾਂ ਖਾਣੀਆਂ ਬੰਦ ਕਰੋ, ਇਹ ਕਿਤੇ ਨਾ ਕਿਤੇ ਸਾਨੂੰ ਖਤਰੇ 'ਚ ਪਾ ਸਕਦੀਆਂ। ਤੇ ਮੋਬਾਈਲ ਨੰਬਰ ਤੁਸੀਂ ਹੁਕਮ ਲਾਇਆ, ਮੋਬਾਈਲ ਨੰਬਰ 9815234567, 9815234567, ਬਠਿੰਡਾ ਪੰਜਾਬ ਇੰਡੀਆ। ਤੇ ਸਰ ਤੁਸੀਂ ਰੇਡੀਓ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਦੇ ਨਾਲ ਸਾਂਝ ਪਾਈ ਜੀ, ਇਸ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਂਝ ਪਵਾ ਦਿੰਦੇ ਹੋ, ਕੋਈ ਅੱਛੀ ਗੱਲ ਸ਼ੇਅਰ ਹੋ ਜਾਂਦੀ ਹੈ। ਇੱਕ ਦੇਖੋ ਅੱਜ 2 ਕੇਸਾਂ 'ਚ ਆਪਾਂ ਸੁਣਿਆ ਕਿੱਡੀ ਵੱਡੀ ਗੱਲ ਹੈ, ਕਿਵੇਂ ਰਿਕਵਰੀ ਹੋਈ, ਪਰਿਵਾਰ ਨੇ ਕਿਵੇਂ ਸਾਥ ਦਿੱਤਾ, ਦੋਸਤਾਂ ਨੇ ਕਿਵੇਂ ਸਾਥ ਦਿੱਤਾ। ਬਿਲਕੁਲ, ਰੱਬ ਦੀ ਬਖਸ਼ਿਸ਼ ਬਣਾਈ ਰੱਖੇ, ਧੰਨਵਾਦ, ਜ਼ਿੰਦਗੀ ਜ਼ਿੰਦਾਬਾਦ, ਥੈਂਕ ਯੂ ਸਰ, ਥੈਂਕ ਯੂ। ਬਿਲਕੁਲ ਜੀ, ਕਹਿੰਦੇ ਨੇ ਜਦੋਂ ਵੀ ਕੋਈ ਪੇਸ਼ੈਂਟ ਆਪਣੇ ਵਿਚਾਰ ਰੱਖਦਾ ਹੈ, ਜਿਵੇਂ ਤਲਵਿੰਦਰ ਸੈਣੀ ਜੀ ਜਾਂ ਫਿਰ ਵਰਿੰਦਰਪਾਲ ਜੀ ਨੇ ਉਹਨਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਕੀਤੀ, ਉਸ ਦੇ ਨਾਲ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਹੌਸਲਾ ਪੈਦਾ ਹੁੰਦਾ ਵੀ ਕਿਤੇ ਨਾ ਕਿਤੇ ਇਸ ਬਿਮਾਰੀ ਦੇ ਨਾਲ ਲੜਨ ਵਾਸਤੇ ਸਭ ਤੋਂ ਜ਼ਰੂਰੀ ਹੈ ਹੌਸਲਾ। ਅਕਸਰ ਅਸੀਂ ਕਿਸੇ ਵੀ ਜੰਗ ਨੂੰ ਲੜਨ ਵਾਸਤੇ ਇਹੀ ਕਹਿੰਦੇ ਹੁੰਦੇ ਹਾਂ ਵੀ ਹੌਸਲਾ ਬੁਲੰਦ ਰੱਖੀਏ। ਬਿਲਕੁਲ ਜੀ, ਉਸ ਹੌਸਲੇ ਨੂੰ ਬੁਲੰਦ ਰੱਖੋ, ਆਪਣੀ ਸੋਚ ਨੂੰ ਪੋਜ਼ਿਟਿਵ ਰੱਖੋ, ਕਿਤੇ ਨਾ ਕਿਤੇ ਕੋਈ ਵੀ ਆਪਣੇ ਸਰੀਰ ਦੇ ਉੱਤੇ ਜਦੋਂ ਕਸ਼ਟ ਆਉਂਦਾ ਤਾਂ ਉਸ ਨੂੰ ਝੱਲਣ ਵਾਸਤੇ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ, ਉਸ ਦੇ ਵਾਸਤੇ ਲੜਾਈ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ। ਇਸ ਵਾਸਤੇ ਸਾਨੂੰ ਆਪਣੀ ਪੋਜ਼ਿਟਿਵ ਸੋਚ ਦਾ ਨਹੀਂ ਅਸੀਂ ਇਸ ਦੇ ਨਾਲ ਲੜ ਸਕਦੇ ਹਾਂ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਰੇਡੀਓ ਚੰਨ ਪਰਦੇਸੀ ਦੇ ਮਾਧਿਅਮ ਰਾਹੀਂ ਜ਼ਰੂਰ ਦਿਓ। ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਕੰਮਕਾਰ ਦੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਜੀ ਸਰਵਨ ਟਿਵਾਣਾ ਜੀ ਨੂੰ 219-670-4579 ਤੇ ਗੱਲਬਾਤ ਕਰ ਸਕਦੇ ਹੋ, ਨਾਲ ਨਾਲ ਦਰਸ਼ਨ ਬਸਰਾਓ ਜੀ ਦੇ ਨਾਲ 815-557-4999, ਕਿਉਂਕਿ ਕਿਤੇ ਨਾ ਕਿਤੇ ਅੱਜ ਜੇਕਰ ਗੱਲ ਕਰੀਏ ਹਰ ਪਾਸੇ ਕੰਮ ਦੀ ਜ਼ਰੂਰਤ ਹੈ ਤੇ ਕਿਤੇ ਨਾ ਕਿਤੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਜ਼ਰੂਰਤ ਹੈ, ਕਿਉਂਕਿ ਇਸ ਮਹਾਂਮਾਰੀ ਨੇ ਕਿਤੇ ਨਾ ਕਿਤੇ ਹਰ ਇੱਕ ਦੀ ਆਰਥਿਕ ਸਥਿਤੀ ਨੂੰ ਡਾਵਾਡੋਲ ਕੀਤਾ ਹੋਇਆ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ, ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ, ਪਰਿਵਾਰਾਂ ਦੇ ਨਾਲ ਰਹੋ, ਸੋਸ਼ਲ ਡਿਸਟੈਂਸ ਜ਼ਰੂਰ ਰੱਖੋ ਤੇ ਜੇਕਰ ਘਰ ਤੋਂ ਬਾਹਰ ਜਾਣਾ ਪੈਂਦਾ ਤਾਂ ਮਾਸਕ ਜ਼ਰੂਰ ਪਾ ਕੇ ਜਾਓ। ਜ਼ਿੰਦਗੀ ਜ਼ਿੰਦਾਬਾਦ, ਰੱਬ ਰਾਖਾ, ਜਾਂਦੇ ਜਾਂਦੇ ਤੁਹਾਡੇ ਸਾਰਿਆਂ ਵਾਸਤੇ ਇਹ ਅਰਦਾਸ।